ਤਭੀ ਮਾਮੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਕੀ ਇਹ ਜਿਵੇਂ ਬੜੀ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਦੀ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ ਸਾਰੇ ਲੋਕ ਵੈਕਸੀਨੇਟਡ ਹੋ ਚੁੱਕੇ ਨੇ ਸਭ ਨੂੰ ਵੈਕਸੀਨ ਲੱਗ ਚੁੱਕੀ ਹੈ ਕਾਫੀ ਹੱਦ ਤੱਕ ਮਾਹੌਲ ਜਿਹੜਾ ਉਹ ਖੁੱਲ ਗਿਆ ਕੰਮਕਾਰ ਖੁੱਲ ਗਏ ਸਾਰੇ ਤੇ ਕੰਮਕਾਰਾਂ ਦੀ ਗੱਲ ਕਰੀਏ ਤੇ ਨਾਲ ਨਾਲ ਸਾਡੀਆਂ ਜਿਹੜੀਆਂ ਕਮਿਊਨਿਟੀਆਂ ਦੀਆਂ ਈਵੈਂਟਸ ਹੈਗੀਆਂ ਉਹ ਵੀ ਕਾਫੀ ਹੱਦ ਤੱਕ ਸ਼ੁਰੂ ਹੋ ਗਈਆਂ ਤੇ ਅਸੀਂ ਉਹ ਕਵਰ ਕਰਨ ਵਾਸਤੇ ਤੁਹਾਨੂੰ ਪਤਾ ਹੀ ਹੈ ਜਿੱਥੇ ਵੀ ਸਾਨੂੰ ਕੋਈ ਸੱਦਾ ਪੱਤਰ ਆਉਂਦਾ ਹੈ ਤੇ ਅਸੀਂ ਉੱਥੇ ਕਵਰ ਕਰਨ ਵਾਸਤੇ ਜਾਈਦਾ ਅਸੀਂ ਅੱਜ ਪਹੁੰਚੇ ਸੀ ਰੀਨੋ ਨਵਾੜਾ ਰੀਨੋ ਕਹਿੰਦੇ ਵੀ ਲਾਸ ਵੇਗਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈਗਾ ਕਮਰਸ਼ੀਅਲ ਕੈਲੋ ਜਾਂ ਕੈਸੀਨੋ ਵਗੈਰਾ ਦੀ ਗੱਲ ਕਰੀਏ ਤੇ ਇੱਥੇ ਬਹੁਤ ਜ਼ਿਆਦਾ ਨੇ ਵੈਦਰ ਤਕਰੀਬਨ ਇੱਥੇ ਠੀਕ ਹੁੰਦਾ ਹੈ ਤੇ ਅੱਜ ਅਸੀਂ ਇੱਥੇ ਪਹੁੰਚੇ ਸੀਗੇ ਇੱਥੇ ਪੰਜਾਬ ਕਲਚਰਲ ਐਂਡ ਸਪੋਰਟਸ ਕਲੱਬ ਜਿਹੜੀ ਰੀਨੋ ਦੀ ਹੈਗੀ ਹੈ ਨਵਾੜਾ ਦੀ ਉਹ ਇੱਥੇ ਕੋਈ ਨਾ ਕੋਈ ਐਕਟੀਵਿਟੀ ਕਰਾਉਂਦੇ ਰਹਿੰਦੇ ਨੇ ਵਿਸਾਖੀ ਦੇ ਮੇਲੇ ਕਰਵਾਉਂਦੇ ਨੇ ਤੀਆਂ ਕਰਵਾਉਂਦੇ ਨੇ ਹੋਰ ਬਹੁਤ ਸਾਰੇ ਪ੍ਰੋਗਰਾਮ ਇੱਥੇ ਕਰਵਾਉਂਦੇ ਰਹਿੰਦੇ ਨੇ ਅੱਜ ਅਸੀਂ ਪਹੁੰਚੇ ਆ ਜੀ ਕਵਰ ਕਰਨ ਵਾਸਤੇ ਇੱਥੇ ਤੀਆਂ ਦਾ ਮੇਲਾ ਜਿਹੜਾ ਹੋਇਆ ਹੋ ਰਿਹਾ ਤੇ ਉਹਦੀ ਸਾਰੀ ਤੀਆਂ ਦਾ ਮੇਲਾ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਇਸ ਕਲੱਬ ਦੇ ਜਿਹੜੇ ਮੈਂਬਰ ਨੇ ਖਾਸ ਤੌਰ ਤੇ ਮੋਤਵਾਰ ਖਾਸ ਤੌਰ ਤੇ ਸਪਾਂਸਰਾਂ ਦੇ ਸਿਰ ਤੇ ਪ੍ਰੋਗਰਾਮ ਚੱਲਦਾ ਅਸੀਂ ਉਹਨਾਂ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਉਹਨਾਂ ਨੂੰ ਜ਼ਰੂਰ ਮਿਲਣਾ ਚਾਹਾਂਗੇ ਆਓ ਐਸੇ ਪਹੁੰਚੇ ਆਂ ਇੰਡੀਆ ਕਬਾਬ ਐਂਡ ਕਰੀ ਰੈਸਟੋਰੈਂਟ ਹੈ ਵਿਸ਼ਨ ਸਿੰਘ ਪਰਮਾਰ ਹੋਂ ਦਾ ਉਹਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਤੇ ਕੀ ਕਹਿ ਰਹੇ ਨੇ ਕਲੱਬ ਦੇ ਮੈਂਬਰ ਕੀ ਕੀ ਅਗਿਆਕਟਿਵਿਟੀਜ਼ ਆ ਆਓ ਆਪਾਂ ਦੇਖਦੇ ਆਂ ਅੰਦਰ ਜਾ ਕੇ ਜੀ ਜਿਹੜੇ ਸਾਡੇ ਦਰਸ਼ਕਾਂ ਨੂੰ ਪਤਾ ਵੀ ਅਸੀਂ ਪਹੁੰਚੇ ਹਾਂ ਰੀਨੋ ਨਵਾੜਾ ਦੇ ਵਿੱਚ ਤੇ ਜਿੱਥੇ ਅਸੀਂ ਗੱਲਬਾਤ ਕਰਨੀ ਆ ਪੰਜਾਬੀ ਕਲਚਰਲ ਸਪੋਰਟਸ ਕਲੱਬ ਰੀਨੋ ਔਰ ਇਸ ਕਲੱਬ ਦੀ ਮੈਂ ਪਹਿਲਾਂ ਖਾਸੀਅਤ ਦੱਸ ਚੁੱਕਾ ਬਹੁਤ ਸਾਰੇ ਪ੍ਰੋਗਰਾਮ ਬਹੁਤ ਸਾਰੇ ਸਾਡੀ ਕਮਿਊਨਿਟੀ ਦੀ ਇਵੈਂਟ ਇਵੈਂਟ ਕੁਦਰ ਨੇ ਪਿਛਲੇ ਕੁਝ ਸਾਲਾਂ ਤੋਂ ਡੇਢ ਸਾਲ ਤੋਂ ਲਗਭਗ ਕੋਵਿਡ ਕਰਕੇ ਇਵੈਂਟਸ ਜਿਹੜੀਆਂ ਨਹੀਂ ਸੀ ਹੋਈਆਂ ਹੁਣ ਉਸ ਤੋਂ ਬਾਅਦ ਦੀ ਪਹਿਲੀ ਇਵੈਂਟ ਜਿਹੜੀ ਤੀਆਂ ਇਹ ਸਾਰੀ ਕਲੱਬ ਕਰਾ ਰਹੀ ਆ ਉਸ ਤੇ ਖਾਸ ਮੈਂਬਰ ਖਾਸ ਮਹਿਮਾਨ ਖਾਸ ਸਪான்ਸਰ ਸਾਡੇ ਨਾਲ ਕਹ ਲੋ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਮੈਂ ਪਹਿਲਾਂ ਦੱਸਿਆ ਜਗਤਾਰ ਸਿੰਘ ਜੀ ਜੋਲ ਸਾਹਿਬ ਲਕੀ ਵਾਲੀਆ ਸਾਹਿਬ ਇਧਰ ਹੋ ਹੈਗੇ ਜੀ ਮਲਕੀਅਤ ਗਰੇਵਾਲ ਸਾਹਿਬ ਤੇ ਨਾਲ ਜਸਵਿੰਦਰ ਸਿੰਘ ਜੀ ਪਰਮਾਰ ਸਾਹਿਬ ਤੇ ਸਭ ਦਾ ਬਹੁਤ ਬਹੁਤ ਸਵਾਗਤ ਜੀ ਜਸ ਪੰਜਾਬੀ ਤੇ ਤੇ ਤੁਹਾਡਾ ਧੰਨਵਾਦ ਵੀ ਕਰਦੇ ਜੀ ਤੁਹਾਡੇ ਵਰਗੇ ਲੋਕ ਮਿਹਨਤ ਕਰਕੇ ਤੇ ਉਹ ਜੀ ਇੰ ਇਵੈਂਟਸ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਆ ਤੇ ਜੀ ਜਗਤਾਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਅੱਛਾ ਤੇ ਇਹ ਤੀਆਂ ਦਾ ਮੇਲਾ ਕਾਫੀ ਧੀਰ ਬਾਅਦ ਹੋ ਰਿਹਾ ਤੇ ਕਿਵੇਂ ਮਹਿਸੂਸ ਹੋ ਰਿਹਾ ਸਾਡੀ ਸਾਰੀ ਕਮਿਊਨਿਟੀ ਨੂੰ ਤਾਂ ਤਾਂ ਬੜੀ ਖੁਸ਼ੀ ਆ ਕਿ ਜਿਹੜਾ ਅਸੀਂ ਦੁਬਾਰਾ ਔਨ ਸ਼ੁਰੂ ਕੀਤਾ ਕੰਮ ਇਹ ਕਿਉਂਕਿ ਪਹਿਲਾਂ ਕੋਵਿਡ ਆਉਣ ਦੇ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਸਟਾਪ ਹੋ ਗਏ ਸੀ ਘਰੋ ਘਰੀ ਤੀਆਂ ਸੀ ਘਰੋ ਘਰੀ ਤੀਆਂ ਘਰੇ ਬਣਾ ਲੈਂਦੇ ਸੀਗੇ ਸਾਰੇ ਮਨਾਉਂਦੇ ਜ਼ਰੂਰ ਸੀਗੇ ਇਹ ਨਹੀਂ ਐ ਵੀ ਨਹੀਂ ਬਟ ਹੁਣ ਤੁਹਾਨੂੰ ਬੜੀ ਖੁਸ਼ੀ ਆ ਅਸੀਂ ਬਾਹਰ ਨਿਕਲੇ ਆ ਫੇਰ ਤੇ ਸਾਰੀ ਕੰਟਰੀ ਨੂੰ ਖੁਸ਼ੀ ਆ ਬਿジネス ਬੜੇ ਉੱਚੇ ਹੋਏ ਨੇ ਸਾਰ ਕੋ ਵਧੀਆ ਹੋਇਆ ਤੇ ਗੁੱਡ ਲੱਕ ਆ ਤੁਹਾਡਾ ਕੀ ਸ਼ੁਕਲ ਮੇਲਾ ਇੱਥੇ ਆਪਣਾ ਫਿਰ ਕੰਮ ਕਰ। ਅ ਸਾਡਾ ਹੈਗਾ ਜੀ ਰੀਨੋ ਦੇ ਵਿੱਚ ਰੀਨੋ ਥਾਲੀ ਰੈਸਿਡੈਂਟ ਆ অর্ਗੈਨਿਕ एवरीथिंग ਤੇ ਜਦੋਂ ਮਰਜੀ ਆਓ ਤੇ ਤੁਹਾਡੀ ਸੇਵਾ ਕਰਾਂਗੇ। ਤੇ ਬਾਕੀ ਹੈਗਾ ਵੀ ਥੋੜਾ ਜਿਆ ਅਸੀਂ سپورਟ ਦੇ ਵਿੱਚ ਵੀ ਰੱਖਦੇ ਆ। ਮੈਂ ਸ਼ਾਰਟ ਪੁੱਟ ਦਾ 올ੰਪਿਕ ਆ। ਵਾਹ ਜੀ ਵਾਹ। ਬੀਟ ਲਿਫਟਿੰਗ ਦਾ ਕਵਾਲਿਫਾਈਡ ਆ ਨੈਕਸਟ ਈਅਰ ਜਾ ਰਹੇ ਆ ਜਪਾਨ ਦੇਸ਼ ਇਟ ਵਾਹ ਜੀ ਵਾਹ ਬਹੁਤ ਖੁਸ਼ੀ ਹੋ ਰਹੀ ਤੁਹਾਡਾ ਨਾਲ ਗੱਲ ਕਰਕੇ ਤੇ ਹਾਂਜੀ ਵਾਲੀਆ ਸਾਹਿਬ ਜਿਹੜਾ ਹੁਣ 3 ਹੁੰਦੀਆਂ ਸੀਗੀਆਂ ਉਹਦਾ ਕੋਈ ਐਕੀ ਨਹੀਂ ਹੋਈਆਂ ਪਿਛਲੇ ਸਾਲ ਕੀ ਨੁਕਸਾਨ ਲੱਗਿਆ ਇੱਕ ਕਮਿਊਨਿਟੀ ਜਿਹੜੀ ਸਾਡੀ ਗੈਟ ਟੂਗੇਦਰ ਹੁੰਦੀ ਹੈਗੀ ਆ ਉਹ ਸਭ ਨੇ ਮਿਸ ਕੀਤਾ ਕਿਉਂਕਿ ਰੀਨੋ ਇੱਕ ਛੋਟਾ ਜਿਹਾ ਟਾਊਨ ਹੈਗਾ ਸ਼ਹਿਰ ਹੈਗਾ ਤੇ ਜਿੰਨੇ ਆਪਣੇ ਪੰਜਾਬੀ ਹੈਗੇ ਆ ਦੇ ਆਰ ਲਾਈਕ ਫੈਮਿਲੀ ਤੇ ਉਹ ਜ਼ਰੂਰ ਮਿਸ ਹੋਇਆ ਕਿ ਜਿਹੜਾ ਹਰ ਅਸੀਂ ਕੋਈ ਨਾ ਕੋਈ ਇਵੈਂਟ ਆਰਗੇਨਾਈਜ਼ ਕਰਦੇ ਸੀਗੇ ਚਲੋ ਇਸੇ ਬਾਰੇ ਇਕੱਠੇ ਹੋ ਜਾਂਦੇ ਆ ਤੇ ਉਹ ਸਭ ਨੇ ਮਿਸ ਕੀਤਾ ਹੈਗਾ ਤੇ ਇਹ ਇੱਕ ਵੀ ਕਹਿੰਦੇ ਵੀ ਜਦੋਂ ਲੇਡੀਜ਼ ਤੀਆਂ ਵਿੱਚ ਇਕੱਠੀਆਂ ਹੁੰਦੀਆਂ ਸੀ ਤੇ ਵਾਵਾ ਪੜਾਅ ਸੋਤੇ ਨਿਕਲ ਜਾਂਦੀ ਸੀ ਉਹ ਫੇਰ ਬਾਅਦ ਹੁਣ ਘਰੇ ਨਿਕਲੀ ਕੋਵਿਡ ਕਰਕੇ ਉਹਦੇ ਵਾਸਤੇ ਜੀ ਨੋ ਕਮੈਂਟਸ ਸਾਰੇ ਜਾਣਦੇ ਆ ਇਸ ਬਾਰੇ ਤੇ ਆ ਨਹੀਂ ਘਰੇ ਵੀ ਜਾਣਾ ਜੀ ਕਮੈਂਟ ਕਰਨੀ ਘਰ ਵੀ ਜਾਣਾ ਤੇ ਘਰ ਦੀ ਵੀ ਦੇਖਦੀ ਹੋਣੀ ਆ ਤੇ ਹਾਂ ਜੀ ਤੇ ਅੱਛਾ ਤੁਹਾਡਾ ਕੀ ਹੈਗਾ ਸ਼ੁਗਲ ਮੇਲਾ ਇੱਥੇ ਪਹਿਲਾਂ ਤਾਂ ਆਪਾਂ ਚਲੋ ਤੀਆਂ ਦੀ ਗੱਲ ਤੀਆਂ ਦੀ ਗੱਲ ਕਰੀਏ ਜਾਂ ਅਸੀਂ ਜਿਹੜੀ ਤੁਹਾਡੀ ਕਲੱਬ ਹੋਰ ਈਵੈਂਟਸ ਵਗੈਰਾ ਕਰਾਉਂਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਈਵੈਂਟਸ ਜਿਹੜੀਆਂ ਵਗੈਰਾ ਸਾਰੀਆਂ ਲਾਈਨ ਅਪ ਕਰ ਰਹੇ ਆ ਜਾਂ ਹਜੇ ਲੇਸੀ ਲਾਈਨ ਅਪ ਹੈਗੀ ਹੈਗੀ ਸਾਡੀ ਜੀ ਤੇ ਮੈਂ ਇਸ ਕਮੇਟੀ ਵਿੱਚ ਐਜ਼ ਅ ਟ੍ਰੈਜਰਰ ਸੇਵਾ ਨਿਭਾਰੇਗਾ ਤੇ ਕੋਵਿਡ ਡਨ ਹੋ ਗਿਆ ਤੇ ਹੁਣ ਅਸੀਂ ਟੀਆ ਇਸ ਤੋਂ ਬਾਅਦ ਅਸੀਂ ਸਪੋਰਟਸ ਕਰਾਣਾ ਹੈਗਾ ਸਪੋਰਟਸ ਡੇ ਫਿਰ ਅਸੀਂ ਵਿਸਾਖੀ ਦਾ ਕਰਾਣੇ ਲਾਸਟ ਈਅਰ ਅਸੀਂ ਵਿਸਾਖੀ ਦਾ ਨਹੀਂ ਕਰਾ पाए ਤੇ ਅੱਦ ਕੀ ਉਹ ਵੀ ਲਾਈਨ ਅਪ ਹੈਗਾ ਕੀ ਸ਼ੁਕਲ ਮਿਲਾਂ ਇੱਥੇ ਆਪਣਾ ਕੰਮ ਕਰ ਮੇਰੇ ਕੋਲ ਬਿਜ਼ਨਸ ਹੈਗੇ ਜੀ 711 ਹੈਗੇ ਆ ਯੂਪੀਐਸ ਸਟੋਰ ਹੈਗਾ ਪੋਰਟ ਸਾਬ ਹੈਗਾ ਅੱਛਾ ਮੈਂ ਹੁਣ ਜਦੋਂ ਪ੍ਰੋਗਰਾਮ ਚੱਲਿਆ ਤਾਂ ਮੈਨੂੰ ਕਈਆਂ ਦੇ ਜ਼ਰੂਰੀ ਮੈਸੇਜ ਆਉਣਗੇ ਵੀ ਵਾਲੀਆ ਸਾਹਿਬ ਨੇ ਤੁਹਾਨੂੰ ਇਹ ਪੁੱਛਣਾ ਚਾਹੀਦਾ ਸੀ ਵੀ ਹੇਅਰ ਸਟਾਈਲ ਕਿੱਥੋਂ ਬਣਾਉਂਦੇ ਹੈ ਹੇਅਰ ਸਟਾਈਲ ਜੀ ਕੋਵਿਡ ਕਰਕੇ ਤੇ ਸਾਰੇ ਘਰੇ ਬਣਾਈਦਾ ਤੇ ਬਹੁਤ ਵਧੀਆ ਵੈਸੇ ਕਹਿੰਦੇ ਕਹਿੰਦੇ ਵੀ ਪੈਸਾ ਬਹੁਤ ਹੁੰਦਾ ਜੀ ਜੀ ਦੇ ਸਿਰ ਤੇ ਵਾਲ ਨਾਲ ਹੁਣ ਜਾਂ ਕੱਟ ਫੋਨ ਪੈਸਾ ਬਹੁਤ ਹੁੰਦਾ ਚਲ ਬੜੀ ਮਿਹਰਬਾਨੀ ਹਾਂਜੀ ਗਰਵਾਲ ਸਾਹਿਬ ਕੀ ਹਾਲ ਚਾਲ ਹੈ ਹਾਲ ਚਾਲ ਬਿਲਕੁਲ ਠੀਕ ਠਾਕ ਹੈ ਜੀ ਵਾਹ ਜੀ ਵਾਹ ਤੇ ਕੀ ਹੁਣ ਮਾਹੌਲ ਤੀਆਂ ਦਾ ਕੀ ਹੈ ਮੰਚ ਅੱਛਾ ਐਸ ਕੀ ਮੈਨੂੰ ਪਤਾ ਲੱਗਿਆ ਜ ਜੈਂਟਸ ਵੀ ਜਾ ਰਹੇ ਨੇ ਇਸ ਵਾਰ ਅੱਛਾ ਪਹਿਲਾਂ ਨਹੀਂ ਜਾਂਦੇ ਸੀ ਪਹਿਲਾਂ ਵੀ ਜਾਂਦੇ ਸੀ ਅੱਛਾ ਪਹਿਲਾਂ ਫਿਰ ਇੱਥੇ ਜਾਂਦੇ ਹੋਣ ਵੈਸੇ ਕਈ ਜੀਜ਼ ਦਾ ਤਿਉਹਾਰ ਹੈ ਪਰ ਬੰਦੇ ਤਾਂ ਬਹਿ ਸਕਦੇ ਆ ਦੇਖ ਸਕਦੇ ਆ ਆਪਣੀ ਟੋਣੀ ਆਪਣੀ ਨਹੀਂ 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 ਕਈ ਜਗ੍ਹਾ ਤੀਆਂ ਦੇ ਵਿੱਚ ਲੇਡੀਆਂ ਨਹੀਂ ਐਂਟਰ ਹੋਣ ਦਿੰਦੀਆਂ ਬੰਦਿਆਂ ਨੂੰ ਕਹਿੰਦੇ ਸਾਡੇ ਅਸੀਂ ਮਤਲਬ ਕੈਮਰੇ ਵਾਲਿਆਂ ਨੂੰ ਵੀ ਜਾਣ ਦਿੰਦੇ ਆ ਉੱਥੇ ਚਲੋ ਇਹ ਇੱਕ ਇੱਕ ਜਾਣ ਦਿੰਦੇ ਆ ਜਿਉਂ ਦੇਖਿਓ ਤੁਸੀਂ ਹੁਣ ਵੈਸੇ ਵੈਸੇ ਜਿਹੜੀਆਂ ਤੀਆਂ ਪਹਿਲਾਂ ਲੱਗਦੀਆਂ ਸੀ ਆਪਾਂ ਪਿਪਲਾਂ ਦੇ ਉੱਪਰ ਪੀਂਗਾ ਪਾਈਆਂ ਦੇਖਦੇ ਸੀ ਤੇ ਉਹ ਤੀਆਂ ਦੇ ਤੇ ਆਈਆਂ ਤੀਆਂ 'ਚ ਕੀ ਫਰਕ ਲੱਗਦਾ ਫੇਰ ਇਕੋ ਹੀ ਫਰਕ ਉੱਥੇ ਥੋੜੀ ਜਿਹੀ ਖੁੱਲਾ ਮਾਹੌਲ ਸੀ ਜੀ ਚਾਚਾ ਤਾਇਆ ਫੁੱਫਾ ਮਾਮਾ ਸਾਰੇ ਇਕੱਠੇ ਸੀ ਉੱਥੇ ਇੱਥੇ ਤੁਸੀਂ ਜਦੋਂ ਬਾਹਰ ਆ ਜਾਂਦੇ ਹੋ ਤਾਂ ਥੋੜਾ ਜਿਹਾ ਕੰਮਕਾਜ ਦਾ ਡਿਫਰੈਂਸ ਹੈ ਇਨਡੋਰ ਕਰਨੇ ਪੈਂਦੇ ਨੇ ਆਊਟਡੋਰ ਕਰਦੀਆਂ ਨਹੀਂ ਸਕਦੇ ਇੱਥੇ ਇਹਨਾਂ ਦੇ ਲਾਜ ਨੂੰ ਤੁਹਾਨੂੰ ਫਾਲੋ ਕਰਨਾ ਪੈਂਦਾ ਤੇ ਉਹ ਦੈਟ ਇਜ਼ ਓਨਲੀ ਡਿਫਰੈਂਸ ਨੇ ਪਰ ਖੁਸ਼ੀ ਆ ਵੀ ਇੱਤੀਆਂ ਆ ਗਈਆਂ ਨੇ ਤੀਮੇ ਮਨਾ ਰਹੇ ਆ ਤੀਆਂ ਦੇ ਵਿੱਚ ਖੁਸ਼ੀ ਹੁੰਦੀ ਹੈ ਸਰੇਕ ਦੀ ਜੀ ਲੇਡੀਜ਼ ਹੈਪੀ ਤਾਂ ਬੰਦਾ ਆਟੋਮੈਟਿਕਲੀ ਬੰਦਾ ਬਿਲਕੁਲ ਸਹੀ ਗੱਲ ਹੈ ਜੀ ਤੇ ਜੀ ਹਾਂਜੀ ਪਰਮਾਰਸਰ ਸਾਹਿਬ ਕੀ ਤੁਹਾਡਾ ਕੀ ਵਿਚਾਰ ਨੇ ਜੀ ਤੀਆਂ ਬਾਰੇ ਪਹਿਲਾਂ ਤਾਂ ਹੁਣ ਤਾਂ ਮੇਰੇ ਖਿਆਲ ਸਟੇਜ ਲੱਗਦੀ ਹੈ ਤੇ ਡੀਜੇ ਵਗੈਰਾ ਹੁੰਦਾ ਤੇ ਪਹਿਲਾਂ ਵਾਲਾ ਮਾਹੌਲ ਜਿਹੜਾ ਸੀ ਕੋਈ ਚਰਖਾ ਕੱਦੀ ਹੁੰਦੀ ਸੀ ਕੁੜੀ-ਬੁੜੀ ਤੇ ਕੋਈ ਸਲਾਈ ਕਢਾਈ ਕਰਦੀ ਹੁੰਦੀ ਸੀ ਉਹ ਮਾਹੌਲ ਤਾਂ ਖੈਰ ਨਹੀਂ ਹੈਗਾ ਤੇ ਫਿਰ ਵੀ ਇੰਨਾ ਹੀ ਕਾਫੀ ਹੈ ਵੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਸਾਡੇ ਇਸ ਪੁਰਾਣੇ ਸਭਿਆਚਾਰ ਦਾ ਪਤਾ ਲੱਗਦਾ ਪਹਿਲਾਂ ਤਾਂ ਤੁਹਾਡਾ ਰਿਨੋ ਆਉਣ ਦੇ ਵਿੱਚ ਜਸਟੀ ਵੀ ਵਾਲਿਆਂ ਦਾ ਬਹੁਤ ਬਹੁਤ ਤਲਵਾਦੀ ਥੈਂਕ ਯੂ ਤੁਹਾਡੇ ਇੱਥੇ ਆਉਣ ਦਾ ਉਸ ਤੋਂ ਬਾਅਦ ਆਪਣੇ ਰਿਵੀ ਸ਼ੀਨਾ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਇਨਵਾਈਟ ਕੀਤਾ ਤੁਹਾਡੀ ਬੜੀ ਮਿਹਰਬਾਨੀ ਤੇ ਜੋ ਦੁਆਰਾ ਪ੍ਰੋਗਰਾਮ ਤੋਂ ਖੁੱਲ ਰਿਹਾ ਇਹਨਾਂ ਦਾ ਸਾਨੂੰ ਬੜਾ ਮਾਣ ਆ ਨਾ ਵੀ ਪੰਜਾਬੀ ਕਲਚਰ ਦਾ ਰੀਨੋ ਸ਼ਹਿਰ ਦੇ ਵਿੱਚ ਹੋ ਰਿਹਾ ਤੇ ਅਸੀਂ ਬੜੇ ਤੁਮ ਧਾਮ ਨਾਲ ਬਣਾ ਰਹੇ ਹਾਂ ਵਾਜੀ ਵਾ ਤੇ ਤੁਹਾਡਾ ਕੀ ਸ਼ੁਕਰ ਮੇਲਾ ਇੱਥੇ ਕੰਮ ਕਰਾ ਸ਼ੁਕਰ ਮੇਲਾ ਪੋਰਸਾ ਵੀ ਹੈ ਤੇ ਗੈਸ ਸਟੇਸ਼ਨ ਵੀ ਤੇ ਲਿੱਕ ਸਟੋਰ ਵੀ ਵਾਜੀ ਜੀ ਇਹ ਤੁਸੀਂ ਗਰੇਵਾਲ ਸਾਹਿਬ ਮੈਂ ਔਰਵੈਦਿਕ ਦਵਾਈਆਂ ਇੰਪੋਰਟ ਕਰਦਾ ਇੰਡੀਆ ਤੋਂ ਵਾਜੀ ਵਾਜੀ I ਡਿਸਟ੍ਰੀਬਿਊਟ ਆਲ ਓਵਰ ਸਟੇਟਸ ਐਂਡ ਕੈਨੇਡਾ ਇਹ ਵੈਸੇ ਫਿਰ ਦੌਰ ਪੁਰਾਣਾ ਆ ਰਿਹਾ ਆਯੁਰਵੈਦ ਦਾ ਲੋਕ ਵੱਧ ਰਹੇ ਨੇ ਜਿਹੜੀਆਂ ਬੂਟੀਆਂ ਵੱਧ ਰਹੇ ਨੇ ਇਹ ਪੁਰਾਣੇ ਮਿੱਟੀ ਦੇ ਕੱਚੇ ਭਾਂਡਿਆਂ ਵਾਲੇ ਵੀ ਵੱਧ ਰਹੇ ਵੜੀ ਚੰਗੀ ਗੱਲ ਹੈ ਪਿੱਤਲ ਦੇ ਭਾਂਡੇ ਜ਼ਿਆਦਾ ਹੂੰ ਮਿੱਟੀ ਦੇ ਘਟੂਨੇ ਇੱਥੇ ਮਿੱਟੀ ਦੇ ਵੀ ਆਣੇ ਜੀ ਹੁਣ ਪਿੱਤਲ ਦੇ ਭਾਂਡੇ ਚ ਬਹੁਤੀ ਬੱਸ ਅਸੀਂ ਗੋਦਾਂ ਨੂੰ ਬਹੁਤ ਪਿੱਤਲ ਦੇ ਭਾਂਡੇ ਵੇਚਦੇ ਆ ਵੀ ਤੁਸੀਂ ਪਾਣੀ ਪੀਆ ਕਰੋ ਤੇ ਤੰਦਰੁਸਤ ਤੇ ਖੁਸ਼ ਰਹਾ ਕਰੋ ਮਿਹਰਬਾਨੀ ਬਹੁਤ ਬਹੁਤ ਹੈ ਸਾਡੇ ਨਾਲ ਹੋਰ ਵੀ ਮਹਿਮਾਨ ਜੁੜਨਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹ ਜੀ ਵਾਹ ਅਸੀਂ ਇਹ ਗੱਲ ਕਰ ਰਹੇ ਜੀ ਰੀਨੋ ਦੇ ਵਿੱਚ ਪਹੁੰਚੇ ਤੇ ਰੀਨੋ ਦੇ ਪਤਵੰਤੇ ਸੱਜਣ ਰੀਨੋ ਦੀ ਕਰੀਮ ਜਿਹੜੀ ਹੈਗੀ ਉਹਨਾਂ ਨਾਲ ਗੱਲ ਕਰ ਰਹੇ ਆ ਤੇ ਰੀਨੋ ਮੇਲਾ ਜਿਹੜਾ ਹੈਗਾ ਜਿੱਦੇ ਸਾਰਾ ਕੁਝ ਹੀ ਆ ਜਾਂਦਾ ਵਿਸਾਖੀ ਮੇਲਾ ਵੀ ਕਰਾਉਂਦੇ ਨੇ ਤੀਆਂ ਦਾ ਮੇਲਾ ਵੀ ਕਰਾਉਂਦੇ ਨੇ ਖੇਡ ਮੇਲੇ ਇਹ ਮੇਲਾ ਹੁਣ ਹੁਣ ਜਾੜਿਆ ਦੇ ਰੀਡੋ ਵਿੱਚ ਉਹਦੀ ਗੱਲਬਾਤ ਚੱਲ ਰਹੀ ਹੈ ਸਾਡੇ ਨਾਲ ਕੁਲਵੰਤ ਸਿੰਘ ਜੀ ਜੋਲ ਸਾਹਿਬ ਨੇ ਗੁਰਮੀਤ ਸਿੰਘ ਜੀ ਉਪਲ ਸਾਹਿਬ ਨੇ ਤੇ ਇਧਰ ਜਸਵਿੰਦਰ ਸਿੰਘ ਜੀ ਪਾਟਿਆ ਸਾਹਿਬ ਨੇ ਤੇ ਨਵਦੀਪ ਸਿੰਘ ਜੀ ਪੰਨੂ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਠੀਕ ਹੈ ਜੀ ਪਾਜੀ ਤੇ ਲੱਗਦੇ ਵੀ ਜਦ ਸੁਣ ਸੁਣ ਵਾਵਾ ਪਾਇਆ ਵਿੱਚ ਪੈਸੇ ਹੀ ਸ਼ੌਕ ਹੈ ਪਾਜੀ ਨਹੀਂ ਪਾਜੀ ਸੁਨਿਆਰੇ ਦੀ ਦੁਕਾਨ ਆ ਹਾ ਵੇਖਿਆ ਜੀ ਪਤਾ ਲੱਗ ਗਿਆ ਚਲੋ ਮੈਂ ਕਹਿਣ ਲੱਗਾ ਸੀਗਾ ਗਿਆਣਾ ਘਟਾ ਲੈਣਾ ਹੋਵੇ ਤੇ ਜ਼ਰੂਰ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ। ਅਖਿ ਜੀ ਆ ਹੁੰਦੀ ਹੈ ਆ ਕਰ ਗਿਆ ਆਪਦੀ ਬਿਜ਼ਨਸ ਸਾਈਟ। ਚਲੋ ਬਹੁਤ ਇਦਾਂ ਹੀ ਗੱਲ ਸ਼ੁਰੂ ਕਰਨੀ ਆਪਾਂ ਪੰਨ ਸਾਹਿਬ। ਤੇ ਪਹਿਲਾਂ ਗਹਿਣਿਆਂ ਦੀ ਗੱਲੋਂ ਸ਼ੁਰੂ ਕਰਨੀ ਗਹਿਣਿਆਂ ਦਾ ਕੋਵਿਡ ਦੌਰਾਨ ਕਿੰਨਾ ਕੁ ਰਿਹਾ ਫਰਕ ਮਹਿੰਗਾ ਹੋਇਆ ਸੋਨਾ ਮੇਰੇ ਖਿਆਲ। ਹਾਂਜੀ ਹਾਂਜੀ ਪਾਜੀ ਕਾਫੀ। ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਕਿ ਵੈਲੀ ਜਨਤਾ ਵਿਚਾਰੀ ਕੀ ਕਰੇ। ਤੇ ਪੈਸੇ-ਪੂਸੇ ਮਿਲ ਗਏ ਸੀ। ਹਾਂਜੀ ਹਾਂ ਉਹਨਾਂ ਨੇ ਕਿਹ ਕਿਤਰ ਕਿਤੇ ਕਹਿਣਾ-ਕਹਿ ਬਣੇ ਤੇ ਲੋਣੀ ਸੀ। ਇਹ ਇੱਥੇ ਰੀਨੋ ਦੇ ਵਿੱਚ ਹੀ ਦੁਕਾਨ ਕਿੰਨੀ ਪੁਰਾਣੀ? ਇਹ ਹੈਗੀ ਆ 100 ਸਾਲ ਪੁਰਾਣੀ ਵਾਹ ਜੀ ਵਾਹ ਤੇ ਆ ਮੇਲੇ ਜਿਵੇਂ ਹੋ ਰਹੇ ਨੇ ਮੇਲਿਆਂ ਦੀ ਆਪਾਂ ਜੇ ਗੱਲ ਕਰੀਏ ਤੇ ਮੇਲੇ ਹੋਣੇ ਚਾਹੀਦੇ ਆ ਔਰ ਇਹ ਮੇਲੇ ਸਾਡੇ ਬੱਚਿਆਂ ਨੂੰ ਖਾਸ ਤੌਰ ਤੇ ਨਾਲ ਜੋੜਦੇ ਨੇ ਔਰ ਰੀਨੋ ਵਾਲੇ ਇਸ ਗੱਲ 'ਤੇ ਮਸ਼ਹੂਰ ਨੇ ਵੀ ਇਹ ਜਿੰਨੀਆਂ ਕ ਫੈਮਲੀਆਂ ਹੈਗੀਆਂ ਨੇ ਤੇ ਇਹ ਸਾਰੀਆਂ ਹੀ ਇਕੱਠੀਆਂ ਆਉਂਦੀਆਂ ਉੱਥੋਂ ਦੀਆਂ ਜਦੋਂ ਵੀ ਕੀ ਇਵੈਂਟ ਹੁੰਦੀ ਆ ਮੇਲਾ ਕੋਈ ਹੁੰਦਾ ਸੋ ਇਹ ਮੇਲਿਆਂ ਦਾ ਸਾਡੇ ਬੱਚਿਆਂ ਦੇ ਕਿੰਨਾ ਕੋ ਅਸਰ ਪੈਂਦਾ ਬਹੁਤ ਵਧੀਆ ਭਾਜੀ ਮੇਲਿਆਂ ਦਾ ਸਾਰੇ ਬੱਚੇ ਜਿੰਨੇ ਵੀ ਸਾਡੇ ਰੀਨੋ ਦੇ ਜਿਹੜੇ ਛੋਟੇ ਬੱਚੇ ਆ ਜਿਹੜੇ ਉਹ ਸਾਰੇ ਹੀ ਵਧੀਆ ਪੰਗੜਾ ਪਾਉਂਦੇ ਆ ਸਾਰਿਆਂ ਇਹ ਕਲਚਰ ਦੇ ਨਾਲ ਜੁੜੇ ਹੋਏ ਆ ਸਾਰੇ ਇਸ ਬੀਨ 3 ਮੰਥ ਜਿਹੜੇ ਕਿ ਉਹ ਵਿਚਾਰੇ ਆਪਣੀ ਪੂਰੀ ਪ੍ਰੈਕਟਿਸ ਤੇ ਲੱਗੇ ਹੋਏ ਆ ਕਿ ਜਿਹੜਾ ਤੀਆਂ ਦੇ ਮੇਲੇ ਦੇ ਉੱਤੇ ਅਸੀਂ ਜਿਹੜੀ ਵਧੀਆ ਪਰਫਾਰਮੈਂਸ ਕਰਨੀ ਆ ਵਾਹ ਜੀ ਵਾਹ ਤੇ ਕਿਹੜਾ ਏਰੀਆ ਪੰਜਾਬ ਤੋਂ ਪੰਜਾਬ ਤੋਂ ਗੁਰਦਾਸਪੁਰ ਵਾਹ ਪਰ ਗਏ ਨਹੀਂ ਕਦੀ ਅੱਛਾ ਕਿਉਂ ਗਏ ਕਿ ਉਹਨ ਕੀ ਕਰੇ ਐਮਪੀ ਤੋਂ ਮੱਧ ਪ੍ਰਦੇਸ਼ ਤੋਂ ਅੱਛਾ ਠੀਕ ਹੈ ਠੀਕ ਹੈ ਜੀ ਐਮਪੀ ਤੋਂ ਵੀ ਤੇ ਹਾਂਜੀ ਜਸਨੂਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਬਹੁਤ ਵਧੀਆ ਕੀ ਮਾਹੌਲ ਰੀਨੋ ਦਾ ਰੀਨੂ ਦਾ ਮੋਹਲ ਬਹੁਤ ਵਧੀਆ ਜੀ ਸਾਰਾ ਪਰਿਵਾਰ ਸਾਡਾ ਰੀਨੂ ਦਾ ਬਹੁਤ ਵਧੀਆ ਖੜਿਆ ਪਰਿਵਾਰ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਮਹਿਸੂਸ ਹੁੰਦੀ ਹੈ ਜੀ ਇਹ ਹੈ ਜੀ ਮੇਰੇ ਖਿਆਲੋਂ ਇਦਾਂ ਦਾ ਵਿਚਾਰ ਰਵੇ ਤੇ ਵਧੀਆ ਸਾਰੇ ਸ਼ਹਿਰਾਂ 'ਚ ਬਹੁਤ ਸਾਰੇ ਸ਼ਹਿਰਾਂ 'ਚ ਤੇ ਸਾਡੇ ਪੰਜਾਬੀਆਂ ਦਾ ਇਹ ਹੈਗਾ ਇੱਕ ਪਰਿਵਾਰ ਉੱਧਰ ਹੈ ਇੱਕ ਉੱਧਰ ਹੈ ਪਰ ਇੱਥੇ ਸਾਰੇ ਮੇਰੇ ਖਿਆਲ ਜਿੰਨੇ ਪੰਜਾਬੀ ਨੇ ਸਾਰੇ ਇਕੱਠੇ ਨੇ ਕੋਈ ਵੀ ਇਵੈਂਟ ਹੁੰਦੀ ਇਕੱਠੇ ਕਰਦੇ ਹਾਂ ਤੁਸੀਂ ਆਂਦੇ ਨੇ ਜੱਗੀ ਜੀ ਇੱਥੇ ਤੁਸੀਂ ਦੇਖਿਆ ਜੀ ਸਾਡਾ ਜਿਹੜਾ ਪਰਿਵਾਰ ਆ ਬੜਾ ਵਧੀਆ ਇਕੱਠਾ ਪਾ ਸਾਡਾ ਪਰਿਵਾਰ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬੜੀ ਖੁਸ਼ੀ ਹੁੰਦੀ ਹੈ ਖਾਸ ਤੌਰ ਤੇ ਪੰਜਾਬੀ ਕਲਚਰਲ ਤੇ ਸਪੋਰਟਸ ਕਲੱਬ ਦੀ ਗੱਲ ਕਰੀਏ ਤੇ ਇਹਦੇ ਜਿੰਨੇ ਵੀ ਮੈਂਬਰ ਹੁਣ ਮੇਲਾ ਹੋ ਰਿਹਾ ਜੀ ਤੀਆਂ ਦਾ ਕਦੇ ਵਿਸਾਖੀ ਮੇਲਾ ਹੁੰਦਾ ਕਦੇ ਖੇਡ ਮੇਲਾ ਹੁੰਦਾ ਤੇ ਇਸ ਮੇਲੇ ਤੇ ਫਿਰ ਖੂਬ ਰੌਣਕਾਂ ਬੱਚਿਆਂ ਦੇ ਵਿੱਚ ਆ ਪੂਰਾ ਕਾਫੀ ਲਗਭਗ 1.5 ਸਾਲ ਬਾਅਦ ਘਰੋਂ ਨਿਕਲਣਾ ਲੋਕਾਂ ਨੇ ਹਾਂਜੀ ਇਹ ਕੱਜ ਜਿਹੜਾ ਇਸ ਵਾਰੀ ਜਿਹੜਾ ਮੇਲਾ ਹੋ ਰਿਹਾ ਜੀ ਬੜਾ ਇੱਕ ਨਾ ਥੋੜਾ ਬਲਖਣ ਹੈ ਬਲਖਣ ਇਸ ਕਰਕੇ ਪਹਿਲਾਂ ਤੇ ਸਿਰਫ ਲੇਡੀਜ਼ ਦਾ ਹੁੰਦਾ ਸੀ ਹੁਣ ਸਾਡੇ ਰਣਬੀਰ ਸਿੰਘ ਚਿਨਾ ਪ੍ਰਧਾਨ ਜੀ ਉਹਨਾਂ ਨੇ ਨਵਾਂ ਆਈਡੀਆ ਕੱਢ ਕੇ ਲਿਆਂਦਾ ਵੀ ਕਿਉਂ ਨਾ ਉਹਨਾਂ ਨੂੰ ਫੈਮਿਲੀ ਪਿਕਨਿਕ ਬਣਾਇਆ ਜਾਏ ਤੇ ਲੇਡੀਜ਼ ਵੀ ਆਣ ਬੱਚੇ ਵੀ ਆਣ ਬੰਦੇ ਵੀ ਆਣ ਇਟਸ ਆਊਟਡੋਰ ਸਾਡੇ ਕੋਲ ਇੱਕ ਛੋ ਇਹ ਇੱਕ ਛੋਟਾ ਜਿਹਾ ਸੀਡਿੰਗ ਪ੍ਰੋਗਰਾਮ ਹੈ ਉਹਦੇ ਵਿੱਚ ਤੇ ਸਾਰਾ ਸਭ ਨੇ ਬਹੁਤ ਇੰਜੋਏ ਕਰਨਾ ਇਟਸ ਗੋਇੰ ਟੂ ਬੀ ਸਮਥਿੰਗ ਡਿਫਰੈਂਟ ਐਂਡ ਨਿਊ ਜੀ ਤੇ ਇਹ ਬਿਲਕੁਲ ਇਹ ਮੇਲਾ ਹੋ ਰਿਹਾ ਤਾਂ ਅੱਗੇ ਹੋਰ ਫਿਰ ਮੇਲਾ ਤੁਹਾਡੀ ਕਲੱਬ ਅਰੇਂਜ ਕਰ ਰਹੀ ਹੈ ਅੱਗੇ ਜਿਵੇਂ ਕਿ ਹੁਣ ਖੇਡ ਮੇਲੇ ਵੀ ਸ਼ੁਰੂ ਹੋ ਜਾਣੇ ਕਬੱਡੀ ਮੇਲੇ ਵੀ ਸ਼ੁਰੂ ਹੋ ਜਾਣੇ ਨਾਲ ਨਾਲ ਨੇ ਸਾਡਾ ਜੀ ਅਸੀਂ ਐਕਚੁਅਲੀ ਛੋਟੀ ਕਮਿਊਨਿਟੀ ਓਨ ਕਰਕੇ ਨਾ ਤੇ ਕਬੱਡੀ ਮੇਲੇ ਨਹੀਂ ਸਾਇਆ ਸੀ ਆਪਸ ਚ ਅਸੀਂ ਸਪੋਰਟਸ ਕਰਦੇ ਹਾਂ ਜਿੰਨੀ ਕਮਿਊਨਿਟੀ ਆ ਬੱਚਿਆਂ ਨੂੰ ਆਪਣਾ ਲੇਡੀਜ਼ ਨੂੰ ਬੰਦੇ ਆਪਣਾ ਵਾਲੀਬਾਲ ਦੇ ਟੂਰਨਾਮੈਂਟ ਸੌਕਰ ਦੇ ਤੇ ਇਦਾਂ ਦੌੜਾਂ ਦੇ ਆਪਣੀ ਕਮਿਊਨਿਟੀ ਅਸੀਂ ਕਰਦੇ ਹਾਂ ਇੱਕ ਸਪੋਰਟਸ ਦੇ ਹੁੰਦਾ ਸਾਡਾ ਸਾਲ ਚ ਇੱਕ ਵਾਰੀ ਉਹਨੂੰ ਅੱਗੋਂ ਉਹ ਹੋਣ ਜਾ ਰਿਹਾ ਉਹ ਤੇ ਬੜਾ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਇਹ ਤੁਹਾਡਾ ਕੀ ਸ਼ੁਗਲ ਮੇਲਾ ਤੇ ਫਿਰ ਬਾਜੀ ਸਾਡੇ ਕੋਲ ਆਪਣੇ ਸਟੋਰ ਨੇ ਜੀ ਕਨਵੀਨੀਅன்ஸ் ਸਟੋਰ ਤੇ ਨਾਲੇ ਮੇਰੇ ਕੋਲ ਹੋਲ ਸੇਲ ਦਾ ਆਪਣਾ ਬਿਜ਼ਨਸ ਆ ਸਾਰੇ ਸਟੋਰਾਂ ਨੂੰ ਆਪਾਂ ਸਪਲਾਈ ਜਾਈਦੀ ਹੈ ਸਾਡੇ ਜਿਹੜੇ ਇੱਥੇ ਲੋਕਲ ਸਟੋਰ ਨੇ ਜੀ ਹਾਂਜੀ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਆਪਣਾ ਹਾਂਜੀ ਹਾਂਜੀ ਗੁਰਮੀਤ ਸਿੰਘ ਜੀ ਬਿਲਕੁਲ ਬਿਲਕੁਲ ਤੁਸੀਂ ਸਰਾਉ ਕੀ ਹਾਲ ਚੱਲ ਚੜ੍ਹਦੀ ਕਲਾ ਦੀ ਤੇ ਸਾਨੂੰ ਵੀ ਇੱਥੇ ਆ ਕੇ ਚਾਹ ਚੜ੍ਹ ਜਾਂਦਾ ਅਸੀਂ ਪ੍ਰੋਗਰਾਮ ਤਾਂ ਦੇਖੋ ਕਰਦੇ ਪੂਰੀ ਦੁਨੀਆ 'ਚ ਖਾਸ ਤੌਰ ਤੇ ਅਮਰੀਕਾ ਦੇ ਸਾਰੇ ਸ਼ਹਿਰਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਸਰ ਸਟੇਟ ਦੇ ਵਿੱਚ ਪਰ ਜਿਹੜਾ ਇਹੋ ਜਿਹਾ ਮਾਹੌਲ ਮਿਲਦਾ ਉਹ ਇੱਕ ਪਰਿਵਾਰ ਵਾਲਾ ਮਾਹੌਲ ਮਿਲਦਾ ਉਹ ਸਾਨੂੰ ਰੀਨੋ ਦੇ ਵਿੱਚ ਇੱਕ ਦੋ ਹੋਰ ਸ਼ਹਿਰ ਹੈਗੇ ਨੇ ਜਾਇ ਅਸੀਂ ਮਿਸ਼ੀਗਨ ਜਾਈਏ ਤੇ ਉੱਥੇ ਵੀ ਸਾਨੂੰ ਇਹ ਹੁੰਦਾ ਵੀ ਬੜਾ ਵਧੀਆ ਮਾਹੌਲ ਮਿਲਦਾ ਹੋਰ ਵੀ ਦੋ ਚਾਰ ਸ਼ਹਿਰ ਹੋਣਗੇ ਤੇ ਬਾਕੀ ਬਹੁਤੀ ਜਗ੍ਹਾ ਤੇ ਸਾਨੂੰ ਇਹੀ ਮਿਲਦਾ ਜੀ ਉਹ ਇੱਕ ਵਾਲਾ 31 ਨੂੰ ਪ੍ਰੋਗਰਾਮ ਹੈ ਦੂਜਾ 15 ਨੂੰ ਪ੍ਰੋਗਰਾਮ ਹੈ ਇਹ ਬੜੀ ਕਮਿਊਨਿਟੀ ਨੂੰ ਆਪਾਂ ਇਹਦਾ ਕਿਵੇਂ ਰੱਖ ਸਕਦੇ ਜਿਹੜਾ ਯੂਨਾਈਟ ਕਿਵੇਂ ਰੱਖ ਸਕਦੇ ਆ ਇਹ ਐਕਚੁਅਲੀ ਤੁਹਾਡੇ ਤੇ ਜ਼ਿਆਦਾ ਡਿਪੈਂਡ ਕਰਦਾ ਕਿਉਂਕਿ ਤੁਸੀਂ ਦੱਸਦੇ ਆ ਤੁਹਾਡੇ ਕੋਲ ਅਸੀਂ ਜੇ ਉੱਥੇ ਜਾਣਾ ਹੈਗਾ ਵੇ ਆਪਾਂ ਪ੍ਰੋਗਰਾਮ ਕਰਨਾ ਤੁਸੀਂ ਦੱਸਦੇ ਵੀ ਫਲਾਨੀ ਡੇਟ ਨੂੰ ਫਲਾਨੇ ਪਾਸੇ ਸਾਨੂੰ ਆਫਰ ਹੈਗੀ ਆ ਇਸ ਕਰਕੇ ਤੁਸੀਂ ਇੱਕ ਵੀਕ ਲੇਟ ਕਰ ਲਓ ਜਾਂ ਇੱਕ ਵੀ ਅੱਗੇ ਕਰ ਲਓ ਇਸ ਕਰਕੇ ਉਹਦੇ ਨਾਲ ਥੋੜਾ ਜਿਹਾ ਇੱਕ ਹੀ ਚਾਹੀਦਾ ਵੈਸੇ ਤੇ ਇੱਕ ਹੀ ਕਰ ਲਓ ਤਾਂ ਵਧੀਆ ਇੰਨੇ ਹੁੰਦਾ ਤਾਂ ਇੱਕੋ ਹੀ ਆ ਪਰ ਹੁਣ ਜੇ ਜੇ ਹੁਣ ਕਿਲ ਫੋਨ ਤੁਹਾਡੇ ਹੁੰਦੇ ਆ ਉਹਨਾਂ ਦੇ ਹਿਸਾਬ ਨਾਲ ਤੁਸੀਂ ਰੱਖਣੇ ਰੱਖਣਨ ਮੈਂ ਉਹ ਹਿਸਾਬ ਨਾਲ ਗੱਲ ਕਰਦਾ ਹਾਂ ਜੀ ਤੇ ਆਪਣੀ ਕਿੰਨੀ ਇੱਕ ਕਮਿਊਨਿਟੀ ਹੈਗੀ ਇਥੇ ਰੀਨੋ ਦੇ ਵਿੱਚ ਹੁਣ ਆਪਾਂ ਜਦੋਂ ਅਸੀਂ ਪਹਿਲਾਂ ਆਏ ਸੀ ਮੇਰੇ ਖਾਲ ਢੇੜਕ ਸਾਲ ਤੇ ਸਾਲ ਡੇਢ ਸਾਲ ਤੋਂ ਉਦੋਂ ਸਿਗੀ ਉਹ ਕੋਈ ਫਰਕ ਪਿਆ ਕਿੰਨੀ ਕਮਿਊਨਿਟੀ ਟੋਟਲ ਹੋਣਗੇ ਕਿੰਨੇ ਪਰਿਵਾਰ ਹੋਣਗੇ ਪੰਜਾਬੀ ਮੈਂ ਜੀ ਐਕਚੁਅਲੀ ਤੁਹਾਨੂੰ ਸ਼ੁਰੂ ਹੀ ਦੱਸ ਦਿੰਨਾ ਜਦੋਂ 92 ਦੇ ਵਿੱਚ ਅਸੀਂ ਇੱਥੇ ਇਕੱਠੇ ਹੋਏ ਸੀ ਸਹੀ 10 ਫੈਮਿਲੀ ਸਾਰੀਆਂ ਸੀਗੀਆਂ ਬੱਬੂ ਹਣੀ ਢਿੱਲੋ ਹਣੀ ਹੋਰ ਪਰਿਵਾਰ ਸਾਡੇ ਥਾਂ ਦੀ ਸੀਗੇ ਤੇ 10 ਸੀ ਟੋਟਲ ਅੱਜ ਤੁਸੀਂ ਲਾ ਲਓ ਵੀ 2500 ਫੈਮਿਲੀ ਹੈਗੀ ਜੀ ਤੇ ਸਾਰਿਆਂ ਦਾ ਪਿਆਰ ਹੈਗਾ ਪਰ ਇੱਕ ਹੋਰ ਚੀਜ਼ ਵੀ ਹੈਗੀ ਆ ਪਹਿਲੇ ਬੰਦਿਆਂ ਦਾ ਪਿਆਰ ਤਾਂ ਸੀਗਾ ਜਿਹੜੇ ਹੋਰ ਵੀ ਸਾਡੇ ਨਾਲ ਮੁੰਡੇ ਰਲਦੇ ਨੇ ਉਹ ਉਹ ਸਾਡੇ ਨਾਲ ਹੋਰ ਵੀ ਪਿਆਰ ਕਰਦੇ ਨੇ ਇਸ ਕਰਕੇ ਅਸੀਂ ਗੱਟ ਟੂਗੇਦਰ ਆਲ ਦਾ ਟਾਈਮ ਆ ਤਾਂ ਹੁਣ ਮੇਲਾ ਥੋੜਾ ਲੇਟ ਹੋ ਗਿਆ ਕਿਉਂਕਿ ਆਪਾਂ ਨੂੰ ਕਰੋਨਾ ਕਰਾਨਾ ਦਾ ਟਾਈਮ ਸੀਗਾ ਇਸ ਕਰਕੇ ਮਤਲਬ ਲੇਡੀਆਂ ਵੀ ਬਹੁਤ ਘਰੇ ਦੁਖੀ ਬੈਠੀਆਂ ਸੀ ਬੰਦੇ ਵੀ ਕੰਮ ਕਰ ਵੀ ਘੱਟ ਸੀਗੇ ਲੇਡੀਆਂ ਨਾਲ ਬੰਦੇ ਬੜਾ ਜ਼ਿਆਦਾ ਦੁਖੀ ਘਰੇ ਬੈਠੇ ਆ ਚੀਨ ਦੇ ਵਿੱਚ ਤਾਂ ਜੀ ਮਰਖੇਲਾ ਜਦੋਂ ਪਹਿਲੇ 3 ਮਹੀਨੇ ਦੇ ਵਿੱਚ 300 ਤਲਾਕ ਹੋਇਆ ਸੀਗਾ ਇਸੇ ਕਰਕੇ ਉਹ ਕਹਿੰਦੇ ਜੀ ਘਰੇ ਬੈਠੇ ਵੇਲੇ ਲੜੀ ਜਾਂਦੇ ਹੋਰ ਕੀ ਕਰਨਾ ਨਹੀਂ ਇਹ ਆਪਣੇ ਵਿਚਾਰ ਆ ਥੋੜੇ ਆਪਣੇ ਵਿਚਾਰ ਆ ਜੀ ਆਪਣੇ ਆਪਣੇ ਕੋਲ ਉਸ ਤੇ ਨੌਬਤ ਆਉਂਦੀ ਵੀ ਨਹੀਂ ਆਪਣਾ ਕਲਚਰ ਹੋਰ ਆਪਣੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ ਹਾਂਜੀ ਤੇ ਤੁਹਾਡਾ ਕੀ ਸ਼ੁਕਲ ਮਿਲਤ ਮੇਰਾ ਜੀ ਇੱਕ ਚੀਜ਼ ਇਹ ਤਾਂ ਮੇਰਾ ਲੋਕਾਂ ਨਾਲ ਪਿਆਰ ਹੀ ਜ਼ਿਆਦਾ ਹੈਗਾ ਅੱਛਾ ਜੀ ਤੇ ਕੰਮ ਕਰ ਵੀ ਹੈਗੇ ਆ ਸਟੋਰ ਹੈਗਾ ਅੱਛਾ ਮੈਂ ਕਿਹਾ ਕਿਤੇ ਕਹਿਣ ਲੱਗਿਆ ਪਿਆਰ ਹੀ ਇੰਨਾ ਜ਼ਿਆਦਾ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਇਹ ਵੀ ਗੱਲ ਟਰੂ ਹੈਗੀ ਆ ਹਾਂਜੀ ਤੇ ਅਸੀਂ ਤਾਂ ਤੁਸੀਂ ਅੱਜ ਕੱਲ ਮਤਲਬ ਤੁਸੀਂ ਇਹ ਦੇਖ ਲਓ ਵੀ ਅਸੀਂ ਤਾਂ ਇੱਕ ਕਾਲ ਤੇ ਸਾਰੇ ਇਕੱਠੇ ਹੋ ਜਾਂਦੇ ਆ ਇੰਨਾ ਮਤਲਬ ਹੈਗਾ ਦੇਖੋ ਜੀ ਸਾਨੂੰ ਵੀ ਸ਼ੀਨਾ ਸਾਹਿਬ ਨੇ ਫੋਨ ਕੀਤਾ ਤੇ ਅਸੀਂ ਵੀ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਅਸੀਂ ਕਿ ਜਰੂਰ ਪਹੁੰਚਾਂਗੇ ਕੋਈ ਵੀ ਇਵੈਂਟ ਸਾਡੀ ਹੋਰ ਹੋਵੇ ਵੀ ਤਾਂ ਅਸੀਂ ਉਹਨੂੰ ਮੈਨੇਜ ਕਰਾਂਗੇ ਤੇ ਬਹੁਤ ਮਿਹਰਬਾਨੀ ਤੁਹਾਡੀ ਹਾਂਜੀ ਸਰ ਕਿਦਾਂ ਜੀ ਠੀਕ ਠਾਕ ਜੀ ਵਧੀਆ ਤੁਸੀਂ ਕਿ ਸਪੋਰਟਸ ਵਗੈਰਾ ਨਾਲ ਵੀ ਕਰਦੇ ਰਿਲੇਟ ਨਹੀਂ ਕਰ ਲਈ ਨਾ ਥੋੜਾ ਬਹੁਤ ਜੀ ਬਾਲੀਵਾਲ ਖੇਡ ਲਈ ਦੀ ਆ ਅੱਛਾ ਜੀ ਹਾਂਜੀ ਹਾਂਜੀ ਫੁੱਟਬਾਲ ਫੁੱਟਬਾਲ ਨਹੀਂ ਖੇਡੀ अच्छा चलो बढ़िया फुटबॉल ਜਿਹੜਾ ਬੰਦਾ ਖੇਡਦਾ ਉਹਦਾ ਇੱਕ ਤਜਰਬਾ ਹੋ ਜਾਂਦਾ ਵੀ ਘਰੇ ਜੂ ਲੜਾਈ ਹੁੰਦੀ ਉਹ ਲੈਫਟ ਜਾਣਾ ਕਿ ਰਾਈਟ ਜਾਣਾ ਲੈਫਟ ਆਊਟ ਜਾਣਾ ਕਿ ਰਾਈਟ ਆਊਟ ਜਾਣਾ ਚਲੋ ਹਾਂਜੀ ਇਹ ਬਚਣਾ ਹੀ ਵੰਦਾ ਜੀ ਘਰੇ ਦਾ ਅੱਛਾ ਤੇ ਮੇਲਿਆਂ ਦੀ ਗੱਲ ਚੱਲਦੀ ਹੈ ਜੀ ਮੇਲੇ ਸਾਡੇ ਪਰਿਵਾਰ ਦਾ ਵੀ ਇੱਕ ਅੰਗ ਹੈਗਾ ਪੰਜਾਬ ਦਾ ਸੱਭਿਆਚਾਰ ਦਾ ਇੱਕ ਅੰਗ ਹੈਗਾ ਮੇਲੇ ਜਿਹੜੇ ਅਸੀਂ ਪੁਰਾਣੇ ਯਾਦ ਕਰਦੇ ਆ ਉਹਨਾਂ ਨੂੰ ਠੀਕ ਅੱਜ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਪਕੌੜੇ ਪਾਏ ਆ ਅਖਬਾਰ ਦੇ ਵਿੱਚ ਪਕੌੜੇ ਦੇ ਨਾਲ ਜਿਹੜੀ ਚਟਨੀ ਹੈ ਉਹ ਸਾਰੀ ਹੱਥ ਲਿਪੜ ਜਾਂਦਾ ਸੀ ਅਖਬਾਰ ਗਲ ਕੇ ਉਹ ਮਾਹੌਲ ਹੈ ਨਹੀਂਗਾ ਪਰ ਉਹ ਮਾਹੌਲ ਵੱਖਰਾ ਸੀ ਅੱਜ ਵਾਲਾ ਮਾਹੌਲ ਵੱਖਰਾ ਇਹ ਮੇਲੇ ਜਿਹੜੇ ਆ ਇਹਨਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਇਸ ਤਰ੍ਹਾਂ ਨਾ ਦਿੰਦੇ ਆ ਅ ਅਗਲੀਆਂ ਪੀੜ੍ਹੀਆਂ ਵਾਸਤੇ ਇਹ ਆ ਵੀ ਬੱਚੇ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਆ ਭੰਗੜਾ ਪਾਉਂਦੇ ਆ ਬੱਚੇ ਨਾ ਗੇਮਾਂ ਹੁੰਦੀਆਂ ਆ ਅੱਗੇ ਗੇਮਾਂ ਅੱਗੇ ਬਸਾਖੀ ਦਾ ਪ੍ਰੋਗਰਾਮ ਹੁੰਦਾ ਤੇ ਸਾਰੇ ਆਪਸ ਵਿੱਚ ਰਲ ਮਿਲ ਕੇ ਬੈਠੇ ਆ ਤੇ ਸਪੋਰਟਸ ਦੇ ਵਿੱਚ ਗੇਮਾਂ ਹੁੰਦੀਆਂ ਨੇ ਉੱਥੇ ਵੀ ਗੇਮਾਂ ਕਰਦੇ ਆ अच्छा मैं चाहूंगा जानकारी ਸਾਡੇ ਦਰਸ਼ਕਾਂ ਵਾਸਤੇ ਤੁਸੀਂ ਦਿਓਗੇ ਜਾਂ ਸਾਡੇ ਕੋਈ ਅਗਲੇ ਮਹਿਮਾਨ ਦੇਣਗੇ ਵੀ ਕੀ ਕੀ ਹੈਗਾ ਜਿਹੜਾ ਇਸ ਮੇਲੇ ਦੇ ਵਿੱਚ ਕਿਦਾਂ ਸ਼ੁਰੂਆਤ ਹੋਏਗੀ ਜਾਂ ਕਿਦਾਂ ਕੌਣ ਜਾਣਕਾਰੀ ਦੇਗਾ ਸੀਨਾ ਸਾਹਿਬ ਦੇਣਗੇ ਹਾਂਜੀ ਹਾਂਜੀ ਸੀਨਾ ਸਾਹਿਬ ਦੇਣਗੇ ਬੱਬੀ ਬਬੂ ਢਿੱਲੋਂ ਜੀ ਜੀ ਠੀਕ ਹੈ ਤੇ ਤੁਸੀਂ ਫਿਰ ਆਪਣੇ ਬਾਰੇ ਜਾਣਕਾਰੀ ਦੇ ਦਿਓ ਹਾਂਜੀ ਮੈਂ ਕੰਮ ਕਰ ਮੇਰੇ ਕੋਲ ਹੈਗਾ ਜੀ ਲਿਕਰ ਸਟੋਰ ਹੈਗਾ ਅੱਛਾ ਜੀ ਹਾਂਜੀ ਲੋਕਾਂ ਨੂੰ ਮਤਲਬ ਐਨ ਕਰ ਦਿਓ ਪੈਰਾ ਸਰ ਕਲ ਦੀ ਦਾ ਜੀ ਪੂਰਾ ਸੈੱਟ ਲਾ ਦਨੇ ਆ ਸੈੱਟ ਕਰ ਦਿਦੇ ਪੂਰਾ ਸੈੱਟ ਕਰ ਠੀਕ ਹੈ ਜੀ ਤੇਰੀ ਬੜੀ ਮਿਹਰਬਾਨੀ ਜੀ ਇਸ ਤੋਂ ਬਾਅਦ ਸਾਡੇ ਨਾਲ ਹੋਰ ਮਹਿਮਾਨ ਜੁੜਨਗੇ ਤੇ ਮਹਿਮਾਨ ਜਿਹੜੇ ਸਾਡੇ ਹੈਗੇ ਨੇ ਪੰਜਾਬੀ ਕਲਚਰ ਤੇ ਸਪੋਰਟਸ ਕਲੱਬ ਜਿਹੜਾ ਹੈਗਾ ਰੀਨੋ ਦਾ ਉਹਦੇ ਮਹਿਮਾਨਾਂ ਨਾਲ ਗੱਲਬਾਤ ਚੱਲ ਰਹੀ ਆ ਮੇਲਿਆਂ ਦੀ ਗੱਲ ਚੱਲ ਰਹੀ ਆ ਮੇਲਾ ਇਹ ਕਰਵਾਉਣੇ ਨੇ ਖਾਸ ਤੌਰ ਤੇ ਰੀਨੋ ਦੇ ਵਿੱਚ ਕੋਵਿਡ ਖਤਮ ਹੋਣ ਤੋਂ ਬਾਅਦ ਪਹਿਲਾ ਮੇਲਾ ਹੋ ਰਿਹਾ ਹੈ ਮਿਲਦੇ ਆ ਹੋਰ ਮਹਿਮਾਨਾਂ ਨੂੰ ਰੀਨੋ ਦੇ ਵਿੱਚ ਪੰਜਾਬੀ ਕਲਚਰ ਐਂਡ ਸਪੋਰਟਸ ਕਲੱਬ ਜਿਹੜਾ ਹੈਗਾ ਉਹਨਾਂ ਦੇ ਖਾਸ ਮੈਂਬਰਾਂ ਦੇ ਨਾਲ ਸਪான்ਸਰ ਜਿਹੜੇ ਹੈਗੇ ਨੇ ਜਾਂ ਜਿਹੜੇ ਵੀ ਕੰਮ ਕਰਨ ਵਾਲੇ ਨੇ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਆ ਤੇ ਹੁਣ ਵੀ ਮੇਰੇ ਨਾਲ ਬਹੁਤ ਸਾਡੇ ਖਾਸ ਮਹਿਮਾਨ ਜੁੜੇ ਨੇ ਇਧਰ ਤਾਂ ਜੀ ਨਾ ਹੀ ਬੜਾ ਵਧੀਆ ਮਿਸ਼ਨ ਸਿੰਘ ਪਰਮਾਰ ਸਾਹਿਬ ਨੇ ਸਾਡੇ ਪੁਰਾਣੇ ਮਿੱਤਰ ਨੇ ਬਹੁਤ ਵਧੀਆ ਕੰਮ ਕਰ ਇੱਥੇ ਹੈ ਰੈਸਟੋਰੈਂਟਾਂ ਦਾ ਔਰ ਜਦੋਂ ਵੀ ਆਈਏ ਤਾਂ ਬੜਾ ਪਿਆਰ ਕਰਦੇ ਨੇ ਪਹਿਲਾਂ ਭਾਈ ਤੁਹਾਡਾ ਸਵਾਗਤ ਜੀ ਸਰ ਥੈਂਕ ਯੂ ਜੀ ਥੈਂਕ ਯੂ ਤੇ ਰਣਵੀਰ ਸਿੰਘ ਛੀਨਾ ਸਾਹਿਬ ਪ੍ਰਧਾਨ ਵੀ ਨੇ ਕਲੱਬ ਦੇ ਇਹਨਾਂ ਹੀ ਦੇਖ ਰਹੇ ਹਟ ਸਾਰੀ ਕਲੱਬ ਜਿਹੜੀ ਹੈ ਸਭ ਤੋਂ ਵੱਡੀ ਗੱਲ ਪ੍ਰਧਾਨ ਦੀ ਜਿਹੜੀ ਜ਼ਿੰਮੇਵਾਰੀ ਹੋਏ ਹੁੰਦੀ ਹੈ ਕਿ ਸਾਰਿਆਂ ਨੂੰ ਇਕੱਠੇ ਰੱਖਣਾ ਉਦੋਂ ਬਾਅਦ ਕੰਮ ਕਿਹੜੇ-ਕਿਹੜੇ ਕਰਨੇ ਮੇਲੇ ਕਰਾਉਣੇ ਉਹ ਬਾਅਦ ਦੀ ਗੱਲ ਹੈ ਤੁਹਾਡਾ ਵੀ ਸਵਾਗਤ ਹੈ ਜੀ ਤੇ ਨਾਲ ਦੀ ਨਾਲ ਭពਿੰਦਰ ਢਿੱਲੋਂ ਸਾਹਿਬ ਜੀ ਸਵਾਗਤ ਹੈ ਜੀ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਭੁਪਿੰਦਰ ਸਿੰਘ ਠੀਕ ਹੈ ਜੀ ਤੇ ਮੇਜਰ ਸਿੰਘ ਬੋਗਨ ਮੇਜਰ ਸਿੰਘ ਬੋਗਨ ਜਣੇ ਕਿ ਬਹੁਤ ਸਾਰੇ ਗੌਣ ਜੀ ਚ ਹੋਣ ਉਹ ਏ ਨੇ ਸਾਰਿਆਂ ਜੀ ਬਹੁਤ ਗੌਣ ਹੈ ਜੀ ਸਾਰੀ ਕਲੱਬੀ ਜਿਹੜੀ ਹੈ ਤੇ ਅਸੀਂ ਗੱਲ ਸ਼ੁਰ ਬੀ ਮੇਲੇ ਸ਼ੁਰੂਆਤ ਹੋ ਗਈ ਹੈ ਅਸੀਂ ਖਾਸ ਤੌਰ ਤੇ ਕਿਤੇ ਵੀ ਜ਼ਿਕਰ ਜਦੋਂ ਕਰੀਦਾ ਰੀਨੋ ਦੀ ਕਿਸੇ ਵੀ ਇਵੈਂਟ ਦਾ ਉੱਥੇ ਇੱਕ ਸਭ ਤੋਂ ਵੱਡਾ ਸੁਨੇਹਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਹ ਜਾਂਦਾ ਹੈ ਕਿ ਯੂਨਿਟੀ ਉੱਥੇ ਬਹੁਤ ਜ਼ਿਆਦਾ ਜਿਹੜੀ ਕਿ ਸਾਡੇ ਪੰਜਾਬੀਆਂ 'ਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਤੁਸੀਂ ਇੱਕ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਕੀ ਕੀ ਉਪਰਾਲੇ ਕਰਦੇ ਹੋ ਕਿ ਸਾਰੀਆਂ ਜਿੰਨੀਆਂ ਫੈਮਲੀਆਂ ਹੈਗੀਆਂ ਨੇ ਇੱਥੇ ਸਾਰਿਆਂ ਦਾ ਇੱਕ ਪਿਆਰ ਬਣਿਆ ਰਵੇ ਜੀ ਪਹਿਲਾਂ ਤੁਹਾਨੂੰ ਰੀਨੋ ਆਇਆ ਨੂੰ ਵੈਲਕਮ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਰਿਨੋ ਕਮਿਊਨਿਟੀ ਮੈਂ ਕਾਫੀ ਕੈਲੀਫੋਰਨੀਆ ਚ ਕਾਫੀ ਸ਼ਹਿਰਾਂ ਚ ਰਹਾ ਹਾਂ ਰਿਨੋ ਕਮਿਊਨਿਟੀ ਦਾ ਬਹੁਤ ਫਰਕ ਹੈ ਦੂਜੀਆਂ ਕਮਿਊਨਿਟੀਆਂ ਨਾਲ ਜੋ ਮੈਂ ਮੇਰੇ ਹਿਸਟਰੀ ਜੋ ਜਿੱਥੇ ਰਹਾ ਤੇ ਇਹ ਮੇਰੇ ਖਿਆਲ ਚ ਜਿਹੜਾ ਇਹ ਜਾਗ ਹੈ ਸਾਡੇ ਇੱਥੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਲਾਇਆ ਹੁਣ ਬਜ਼ੁਰਗਤਾ ਨਹੀਂ ਕਹਿ ਸਕਦੇ ਪਰ ਬੱਬੂ ਭਾਈ ਜਿਹੜੇ ਨੇ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਇਹ ਇਹ ਪਰ ਇਹ ਸਾਰੇ ਪੁਰਾਣੇ ਬੰਦਿਆਂ ਚੋਂ ਇਹ ਨੇ ਬਜ਼ੁਰਗਾਂ ਨੂੰ ਵੀ ਨਹੀਂ ਬਜ਼ੁਰਗ ਕਹਿਣੇ ਚਾਹੀਦੇ ਪਰ ਮਤਲਬ ਇੱਥੇ ਜਿੱਦਾਂ ਬੱਬੂ ਭਾਈ ਉਹਨਾਂ ਤੋਂ ਪਹਿਲਾਂ ਵੀ ਸੀਗੇ ਕਾਫੀ ਪਰਿਵਾਰ ਇੱਥੇ ਪਰ ਮਤਲਬ ਇਹਨਾਂ ਨੇ ਸਾਰਿਆਂ ਨੇ ਇੱਕ ਦੂਜੇ ਨਾਲ ਵਧੀਆ ਆਪਣੇ ਜਿਹੜਾ ਸਤਕਾਰ ਪਿਆਰ ਸਤਕਾਰ ਬਣਾ ਕੇ ਰੱਖਿਆ ਉਹੀ ਹੁਣ ਸਾਨੂੰ ਅੱਗੇ ਜਿਵੇਂ ਬਾਗਦੌਰ ਸੰਭੀ ਹੈ ਕਲੱਬ ਦੀ ਤੇ ਉਸ ਲਈ ਸਾਨੂੰ ਬੜਾ ਉਸ ਚੀਜ਼ ਦਾ ਬੜਾ ਫਾਇਦਾ ਹੋਇਆ ਬਿਕੋਜ਼ ਸਾਡੇ ਇੱਥੇ ਪਾਰਟੀ ਬਾਜੀ ਕੋਈ ਨਹੀਂ ਹੈ ਜੀ ਤੇ ਜੇ ਕਿਸੇ ਦਾ ਗੁੱਲਾ ਕਿਸੇ ਦਾ ਗੁੱਸਾ ਗਿਲਾ ਹੋ ਵੀ ਜਾਂਦਾ ਤੇ ਉਹ ਅਸੀਂ ਬੈਠ ਕੇ ਨਿਬੜ ਜਾਂਦਾ ਬਿਲਕੁਲ ਜੀ ਤਾਂ ਦੇਖੋ ਬਜ਼ੁਰਗਾਂ ਨੇ ਜਿਹੜੀ ਚੀਜ਼ ਬਣਾਈ ਉਹਨੂੰ ਮੇਨਟੇਨ ਰੱਖਣਾ ਬਹੁਤ ਵੱਡੀ ਗੱਲ ਹੈ ਜਿਹੜਾ ਕਿ ਚਲੋ ਪਰਿਵਾਰ ਪਰਮਾਤਮਾ ਕਰੇ ਮੇਨਟੇਨ ਰਵੇ ਹਾਂਜੀ ਹਾਂਜੀ ਤੇ ਹੁਣ ਮੈਂ ਚਾਹਾਂਗਾ ਜੀ ਅਸੀਂ ਮੇਲਾ ਜਿਹੜੇ ਤੁਸੀਂ ਕਰਾਉਣਾ ਹੁਣ ਮੇਲੇ ਸ਼ੁਰੂ ਹੋ ਗਏ ਨੇ ਤੇ ਪਹਿਲਾ ਮੇਲਾ ਤੁਸੀਂ ਤੀਆਂ ਦਾ ਕਰਾਉਣਾ ਫਿਰ ਵਿਸਾਖੀ ਮੇਲਾ ਵੀ ਕਰਾਉਣਾ ਸਪੋਰਟਸ ਮੇਲਾ ਵੀ ਕਰਾਉਣਾ ਤੇ ਇਸ ਮੇਲੇ ਬਾਰੇ ਰੂਪਰੇ ਪ੍ਰੋਗਰਾਮ ਜਿਹੜਾ ਹੋਏਗਾ ਜਗੇਜੀ ਨਾਰਮਲੀ ਸਾਡੇ ਜਿਹੜਾ ਕੋਵਿਡ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਅਸੀਂ ਵਿਸਾਖੀ ਦਾ ਮੇਲਾ ਕਰਦੇ ਸੀ ਫਿਰ ਤੀਆਂ ਦਾ ਪ੍ਰੋਗਰਾਮ ਹੁੰਦਾ ਸੀ ਪਰ ਉਹ ਲੇਡੀਜ਼ ਦਾ ਕੱਲਿਆਂ ਦਾ ਛੋਟਾ ਗਰੁੱਪ ਹੁੰਦਾ ਸੀ ਉਹਦੇ ਚ ਹੁੰਦਾ ਸੀ ਫਿਰ ਸਾਡਾ ਸਪੋਰਟਸ ਦੇ ਹੁੰਦਾ ਸੀ ਫਿਰ ਕਦੇ-ਕਦੇ ਕੋਈ ਕਦਾ ਹੋਰ ਪ੍ਰੋਗਰਾਮ ਕੋਈ ਹੋਵੇ ਜਾਂ ਲੋਹੜੀ ਦਾ ਪ੍ਰੋਗਰਾਮ ਹੋ ਜਾਂਦਾ ਸੀ ਇਸ ਸਾਲ ਸਾਡਾ ਕੋਵਿਡ ਕਰਕੇ ਅਸੀਂ ਨਹੀਂ ਕਰ पाए ਵਿਸਾਖੀ ਦਾ ਮੇਲਾ ਸੋ ਇਹ ਮੇਲਾ ਅਸੀਂ ਆਹ ਤੀਆਂ ਦਾ ਮੌਸਮ ਆ ਗਿਆ ਹੈਗਾ ਤੇ ਵਿਸਾਖੀ ਦਾ ਮੌਸਮ ਗਿਆ ਤੇ ਇਹ ਅਸੀਂ ਮੇਲਾ ਕਹਿ ਸਕਦੇ ਹਾਂ ਪਰਿਵਾਰਕ ਮੇਲਾ ਸਾਰੇ ਪਰਿਵਾਰ ਇਕੱਠੇ ਮਨਾ ਰਹੇ ਆ ਇਹ ਕੱਲ ਨੂੰ ਐਤਵਾਰ ਨੂੰ ਪ੍ਰੋਗਰਾਮ ਹੈ ਜੀ ਇੱਥੇ ਆਪਣਾ ਬਾਟਲ ਰੈਂਚ ਇੱਥੇ ਓਪਨ تھیਟਰ ਹੈਗਾ ਉੱਥੇ ਅਸੀਂ ਪ੍ਰੋਗਰਾਮ ਕਰ ਰਹੇ ਆ 5 ਵਜੇ ਗੇਟ ਖੁੱਲ ਜਾਊਗਾ 6 ਵਜੇ ਕੰਮਕਾਰ ਵੀ ਠੀਕ ਰਿਹਾ ਕੋਵਿਡ ਦੇ ਨਾਲ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਤੁਸੀਂ ਨਹੀਂ ਪਾਰਟਿਸਿਪੇਟ ਕਰਦੇ ਕੁਝ ਮੇਲੇ ਵਿੱਚ بس ਜੇ ਤੁਸੀਂ ਮਾਈਂਡ ਨਾ ਕਰੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਸਾਡੇ ਭਰਾਵਾਂ ਬਾਰੇ ਇਹਨਾਂ ਬਾਰੇ ਜਦੋਂ ਕੋਵਿਡ ਦਾ ਦੌਰ ਸੀਗਾ ਉਦੋਂ ਕਾਫੀ ਲੋਕਾਂ ਦੀ ਜੌਬਸ ਚਲ ਗਈਆਂ ਇੱਥੇ ਇਹਨਾਂ ਨੇ ਰੈਸਟੋਰੈਂਟ ਦੇ ਵਿੱਚ ਫ੍ਰੀ ਫੂਡ ਵਾਹ ਫ੍ਰੀ ਫੂਡ ਕਿੰਨੇ ਮਹੀਨੇ ਇਹਨਾਂ ਨੇ ਚਲਾਇਆ ਤੇ ਸਾਡੇ ਲੋਕਲ ਟੈਲੀਵਿਜ਼ਨਸ ਨੇ ਵੀ ਕੀਤਾ ਤੇ ਉਹਨਾਂ ਨੂੰ ਇਹ ਹੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸਿੱਖ ਕੌਮ ਕੀ ਆ ਤੇ ਕੀ ਕਰ ਸਕਦੀ ਹੈ ਮਤਲਬ ਇਹਨਾਂ ਦੀ ਇਸ ਚੀਜ਼ ਦੀ ਨਾ ਛਲਾਗਾ ਬਣਦੀ ਹੈ ਇੱਥੇ ਰੀਨੋ ਪਹੁੰਚਿਆ ਜੀ ਇੱਥੇ ਅ ਕਾਰੋਬਾਰ ਸ਼ੁਰੂ ਕੀਤਾ ਦੇ ਸੈਂਸਦਲ ਮੈਥੀਆਂ ਜੀ 1992 ਤੋਂ ਲੈ ਕੇ ਹੁਣ ਤੱਕ ਤੇ ਰੀਨੂ ਚ ਕੋਈ ਬਦਲਾ ਲੱਗਿਆ ਹੋਵੇ ਉਦੋਂ ਤੋਂ ਹੁਣ ਤੱਕ ਵੇਖੋ ਜੀ ਰੀਨੂ ਜਦੋਂ ਅਸੀਂ ਆਏ ਆ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਸੀ ਪਰ ਜੇ ਅੱਜ ਤੁਸੀਂ ਅੱਜ ਦੇ ਰੀਨੂ ਨੂੰ ਦੇਖੋ ਤਾਂ ਬਹੁਤ ਜਿਹੜੀ ਆਪਣੀ ਕਮਿਊਨਿਟੀ ਵੀ ਵਧੀ ਆ ਔਰ ਦੂਰੋਂ ਦੂਰੋਂ ਲੋਕ ਜਿਹੜੇ ਨੇ ਉਹ ਇੱਥੇ ਮੂਵ ਹੋ ਰਹੇ ਨੇ ਮੈਂ ਵੀ ਕਹਾਂਗਾ ਕਿ ਜਿਹੜੀ ਇੱਥੋਂ ਦੀ ਇਕਨੋਮੀ ਆ ਬਹੁਤ ਤੇਜ਼ ਗਰੋ ਹੋ ਰਹੀ ਆ ਔਰ ਦੂਜੀਆਂ ਸਟੇਟਾਂ ਤੋਂ ਲੋਕ ਛੱਡ ਕੇ ਭਾਵੇਂ ਕੋ ਕੰਮ ਕਰਦਾ ਸੀ ਭਾਵੇਂ ਕੋ ਬਿਜ਼ਨਸਮੈਨ ਸੀ ਉਹ ਸਾਰਿਆਂ ਨੂੰ ਕਿਹਾ ਵੀ 10-10 ਹਜ਼ਾਰ ਡਾਲਰ ਪਾਓ ਤੇ ਗੁਰੂ ਘਰ ਹੋਣਾ ਜ਼ਰੂਰੀ ਹੈ ਕਿਉਂਕਿ ਸਾਡੇ ਕੋ ਸੈਕਰਮੈਂਟੋ ਬੜੀ ਦੂਰ ਹੈ ਹਾਂਜੀ ਤੇ ਜਦੋਂ ਸਾਡੀਆਂ ਥੋੜੀਆਂ ਜਿਹੀਆਂ ਮੈਂ ਕਿਹਾ 99 ਦੇ ਲਾਗੇ ਸ਼ਾ ਗਿਆ ਆ ਕੇ ਫਿਰ ਇਹ ਸਪੋਰਟਸ ਕਲੱਬ ਬਣਿਆ ਤੇ ਉਹ ਬਲਕਿ ਅਸੀਂ ਮੇਲੇ ਜਿਹੜੇ ਮੇਲੇ ਹੁੰਦੇ ਨੇ ਜਦੋਂ ਦੂਰੋਂ ਦੂਰੋਂ ਲੋਕ ਆਉਣ ਅਸੀਂ ਕਮਿਊਨਿਟੀ ਦਾ ਮੇਲਾ ਕਹਿ ਸਕਦੇ ਹਾਂ ਕਿ ਕਮਿਊਨਿਟੀ ਨੂੰ ਇਕੱਠੀ ਕਰਕੇ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਜੀ ਹੌਲੀ ਹੌਲੀ ਇਹ ਹੋ ਜਾਏਗਾ ਕਿ ਲੋਕ ਆਉਣਗੇ ਜੀ ਉਧਰੋਂ ਕੈਲੀਫੋਰਨੀਆ ਤੋਂ ਵੀ ਚੱਲਿਏ ਰੀਨੂ ਦਾ ਮੇਲਾ ਦੇਖਣ ਕਿਉਂਕਿ ਰਿਸ਼ਤੇਦਾਰ ਤਾਂ ਹੁਣ ਵੀ ਤੁਹਾਡੇ ਜਿਹੜੇ ਦੋਸਤ-ਸਮਿੱਤਰ ਰਹਿੰਦੇ ਨੇ ਉਧਰ ਹੁਣ ਵੀ ਆਉਂਦੇ ਨੇ ਹਾਂ ਹਾਂ ਜੀ ਆਉਂਦੇ ਨੇ ਹਾਂ ਮੈਂ ਦੂਜੀ ਗੱਲ ਜੱਗੀ ਜੀ ਕਰਾਂਗਾ ਕਿ ਤੁਸੀਂ ਗੱਲ ਮੇਲੇ ਦੀ ਕਰ ਰਹੇ ਹੋ ਜਿਹੜਾ ਕੱਲ ਨੂੰ ਤੀਆਂ ਦਾ ਤਿਹਾਰ ਆ ਮੈਂ ਬੜੀ ਪੁਰਾਣੀ ਗੱਲ ਮੈਨੂੰ ਯਾਦ ਆ ਇੰਡੀਆ ਦੇ ਵਿੱਚ ਜਦੋਂ ਸੌਣ ਜੜਦਾ ਸੀ ਸੌਣ ਭਾਦੋਂ ਤੇ ਤੀਆਂ ਦਾ ਮੇਲਾ ਹੁੰਦਾ ਸੀ ਜਿਹੜੇ ਲੜਕੀਆਂ ਹੁੰਦੀਆਂ ਸੀਗੀਆਂ ਉਹ ਪੇਕੇ ਘਰ ਨੂੰ ਵਹੀਰਾ ਘਤ ਲੈਂਦੀਆਂ ਸੀ ਪੁਰਾਣੀਆਂ ਸਹੇਲੀਆਂ ਨੂੰ ਮਿਲ ਲਈ ਫਿਰ ਉੱਥੇ ਉਹਨਾਂ ਨੇ ਟਾਲੀਆਂ ਤੇ ਬੋੜਾਂ ਤੇ ਪੀਂਗਾ ਪਾਉਣੀਆਂ ਗਾਣੇ ਗਾਉਣੇ ਉਹ ਅਸਲੀ ਤੀਆਂ ਸੀ ਪਰ ਅੱਜ ਮੈਂ ਬੜੇ ਅਫਸੋਸ ਨਾਲ ਇਹ ਗੱਲ ਕਹਿਣਾ ਕਿ ਉਹ ਵਿਰਸਾ ਜਿਹੜਾ ਸਾਡਾ ਉੱਥੇ ਵੀ ਬੜਾ ਵੀਕ ਪੈ ਗਿਆ ਨਵਾਂ ਸਾਡਾ ਅਪਲਾਈ ਕੀਤਾ ਸੀਗਾ ਤੇ 2009 ਤੋਂ ਇੱਥੇ ਆਏ ਅੱਛਾ ਤੇ ਮੇਲਿਆਂ ਦਾ ਕਿ ਪੰਜਾਬ ਦੇ ਵਿੱਚ ਮੇਲੇ ਪਹਿਲਾਂ ਦੇਖੇ ਜਿਹੜੇ ਜਾਂਦੇ ਹੁੰਦੇ ਸੀਗੇ ਜੀ ਆਪਾਂ ਕਾਫੀ ਦਿਨ ਪਹਿਲਾਂ ਜਦੋਂ ਕੱਪੜੇ ਵੀ ਪ੍ਰੈਸ ਕਰਨ ਨੂੰ ਕੁਛ ਨਾ ਸਹਰਾਣੇ ਥੱਲੇ ਪਜਾਮਾ ਰੱਖ ਕੇ ਤੇ ਉਹੀ ਸਵੇਰੇ ਪਾ ਕੇ ਚਾਈਦਾ ਸੀਗਾ ਤੇ ਉਹ ਮੇਲਿਆਂ 'ਚ ਜਿਆਦਾ ਆਨੰਦ ਆਉਂਦਾ ਸੀ ਕਾਇਦੇ ਮੇਲੇ 'ਚ ਭਾਜੀ ਉਸ ਉਹਨਾਂ ਮੇਲਿਆਂ ਵਿੱਚ ਜਿਹੜਾ ਆਨੰਦ ਸੀ ਨਾ ਉਹ ਇੱਕ ਤਾਂ ਜਵਾਨੀ ਦਾ ਟਾਈਮ ਸੀ ਇੱਕ ਜਦੋਂ ਛੋਟੇ ਛੋਟੇ ਹੁੰਦੇ ਸੀ ਦਰਿਆ ਦੇ ਹੀ ਚਲੇ ਜਾਣਾ ਉੱਤੇ ਮਨਾਉਣੇ ਤੀਆਂ ਮਨਾਉਣੀਆਂ ਵੀ ਆਪਣੇ ਸਤਲੁਜ ਦਰਿਆ 'ਤੇ ਉੱਥੇ ਲੱਗਦਾ ਸੀ ਮੇਲਾ ਜਿਆਦਾ ਉੱਥੇ ਜਾਂਦੇ ਲੇ ਹਾਂਜੀ ਉੱਥੇ ਬਹੁਤ ਜਿੱਦਾਂ ਬਹੁਤ ਉਦੋਂ ਚਾਹ ਹੁੰਦਾ ਸੀ ਸਾਰਿਆਂ ਨੂੰ ਜਾਣਦਾ ਬਜ਼ੁਰਗ ਵੀ ਸਾਰੇ ਬੜੇ-ਬੜੇ ਇਸ ਦਿਨ ਦੀ ੜੀ ਕਿਉਂਦੀ ਸੀ ਕਿਉਂਕਿ ਅੱਜ ਕੱਲ ਤਾਂ ਐਂਟਰਟੇਨਮੈਂਟ ਦੇ ਹੋਰ ਸਾਧਨ ਬਹੁਤ ਆ ਗਏ ਆ ਆਪਣੇ ਪ੍ਰਧਾਨ ਜੀਸ ਆਪਣੇ ਸ਼ੀਨਾ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਅੱਜ ਕਿ ਬਹੁਤ ਵਧੀਆ ਉਪਰਾਲਾ ਕੀਤਾ ਕਿ ਸਾਰਿਆਂ ਨੂੰ ਪਰਿਵਾਰ ਸਮੇਤ ਜਿਹੜੇ ਮੇਲੇ ਮਨਾਇਆ ਜਾ ਰਿਹਾ ਆਪ ਦੇ ਖੜਦੀ ਹੈ ਜਿਵੇਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਤੁਸੀਂ ਉਹ ਵੀ ਬਹੁਤ ਵੱਡੀ ਐਫਰਟ ਕੀਤੀ ਸੀ ਤੇ ਹੁਣ ਕੁਝ ਹੋਰ ਮਹਿਮਾਨਾਂ ਨੂੰ ਮਿਲਾਂਗੇ ਥੋੜੀ ਦੇਰ ਬਾਅਦ ਹਾਂਜੀ ਗੁਰਦੀਪ ਸਿੰਘ ਬਾਬੀ ਸਾਹਿਬ ਕੀ ਹਾਲ ਚਾਲ ਹੈ ਠੀਕ ਤੁਸੀਂ ਸੁਣਾਓ ਜੀ ਭਾਜੀ ਵਾਹ ਜੀ ਬਾਬਾ ਦੀ ਖੁਸ਼ੀ ਹੋਈ ਦੁਬਾਰਾ ਫੇਰ ਆ ਕੇ ਇੱਥੇ ਰੀਨੋ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਗੁੱਟ ਸਿੰਘ ਜੀ ਭਾਈ ਤੁਸੀਂ ਹਮੇਸ਼ਾ ਆਉਂਦੇ ਹੋ ਤੁਸੀਂ ਬਹੁਤ ਰੌਣਕ ਲਾਨਦੇ ਇੱਥੇ ਆ ਕੇ ਬਿਲਕੁਲ ਜੀ ਤੁਹਾਡਾ ਕਰਕੇ ਰੌਣਕ ਲੱਗਦੀ ਆ ਤੁਸੀਂ ਸਾਰੇ ਭਰਾ ਇੱਥੇ ਮਿਲਦੇ ਹੋ ਹਾਂਜੀ ਹਾਂਜੀ ਤੇ ਹੁਣ ਮੇਲੇ ਸ਼ੁਰੂ ਹੋ ਗਏ ਜੀ ਫੇਰ ਤੇ ਕੀ ਪ੍ਰੋਗਰਾਮ ਹੋ ਬੱਸ ਜੀ ਹੁਣ ਕੱਲ ਨੂੰ ਤੀਆਂ ਦਾ ਮੇਲਾ ਆ ਜੀ ਪੂਰੇ ਰੀਨੋ ਪਰਿਵਾਰ ਸਾਰਾ ਸਾਡਾ ਇਕੱਠਾ ਹੋ ਰਿਹਾ ਐਂਡ ਬਹੁਤ ਵਧੀਆ ਇਟਸ ਗੋ ਬੀ ਬਿਗ ਫਨ ਜੀ ਫੈਮਿਲੀ ਗੈੱਟ ਟੂਗੇਦਰ ਸਾਰੀ ਵਧੀਆ ਸਾਰੀ ਫੈਮਿਲੀ ਗੈੱਟ ਟੂਗੇਦਰ ਜੀ ਤੇ ਚਾਹ ਪੂਰਾ ਨਿਆਣਿਆਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਰਦਿਆਂ ਦੇ ਲੇਡੀਜ਼ ਵਿੱਚ ਲੇਡੀਜ਼ ਪੂਰੇ ਰੈਡੀ ਆ ਨਿਆਣੇ ਸਾਰੇ ਜੋਸ਼ ਨਾਲ ਭਰੇ ਪਏ ਆ ਜੀ ਬੜੀ ਬੜੀ ਜੀ ਤੇ ਮਿੱਲਵਾ ਜੀ ਮਿੱਲਵਾ ਜੀ ਕੀ ਕਹਿਣਾ ਚਾਹੁੰਦੇ ਆ ਜੀ ਸਾਡੇ ਦਰਸ਼ਕ ਪੂਰੀ ਦੁਨੀਆ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਇਹਨਾਂ ਮੇਲਿਆਂ ਬਾਰੇ ਕੀ ਕਹਿਣਾ ਚਾਹੁੰਦੇ ਨੇ ਮੇਲੇ ਇਹ ਨੇ ਇਹ ਲੱਗਣੇ ਕਿੰਨੇ ਕੁ ਜ਼ਰੂਰੀ ਨੇ ਅਸੀਂ ਇਹ ਕਹਿੰਦੇ ਜੀ ਸਾਡਾ ਜਿਹੜਾ ਕਲਚਰ ਆ ਪੰਜਾਬ ਦਾ ਇੰਡੀਆ ਦਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਮੇਲੇ ਲੱਗਣੇ ਬਹੁਤ ਜ਼ਰੂਰੀ ਹੈ ਔਰ ਇਹ ਲੱਗਦੇ ਤੁਸੀਂ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਪਹਿਰੇ ਉਹ ਜਿਵੇਂ ਉਹ ਲੇਡੀਜ਼ ਵਗੈਰਾ ਧਾਕੀ ਵਗੈਰਾ ਤੇ ਇਹ ਚੀਜ਼ਾਂ ਅੱਗੇ ਵੈਸੇ ਕਾਫੀ ਕੰਟੀਨਿਊ ਫਾਲੋ ਕੀਤੀਆਂ ਬਾਹਰ ਆ ਕੇ ਤੇ ਵੀ ਸ਼ੁੱਡ ਕੰਟੀਨਿਊ ਥੈਟ ਇਟਸ ਸਾਡੇ ਕਲਚਰ ਨਾਲ ਜੀ ਹਾਂ ਲਓ ਜੀ ਗੱਲਬਾਤ ਚੱਲ ਰਹੀ ਹੈ ਜੈ ਰੀਨੋ ਦੇ ਵਿੱਚ ਵੈਸੇ ਵੀ ਘੁੰਮ ਫਿਰ ਕੇ ਬੜਾ ਮਜ਼ਾ ਆਇਆ ਤੇ ਉਦੋਂ ਉਦੋਂ ਬਾਅਦ ਜਦੋਂ ਘੁਮਣ ਫਿਰਨ ਤੋਂ ਬਾਅਦ ਇਹੋ ਜਿਹੇ ਦੋਸਤ ਮਿੱਤਰ ਸਾਰੇ ਮਿਲਦੇ ਨੇ ਪੰਜਾਬੀ ਮਿਲਦੇ ਨੇ ਤੇ ਹੋਰ ਵੀ ਮਜ਼ਾ ਜਿਹੜਾ ਦੁੱਗਣਾ ਚੌਗਣਾ ਹੋ ਜਾਂਦਾ ਹੁਣ ਮੇਰੇ ਨਾਲ ਜਿਹੜੀਆਂ ਮਹਾਨ ਹਸਤੀਆਂ ਹੀ ਮੈਂ ਕਹੂੰਗਾ ਵੈਸੇ ਉਹ ਆਪਣੇ ਆਪ ਨੂੰ ਕਦੇ ਮਹਾਨ ਨਹੀਂ ਕ ਬਸੰਤੀ ਬ੍ਰਦਰਸ ਜੁੜੇ ਨੇ ਜੋ ਕਿ ਕਮਿਊਨਿਟੀ ਦਾ ਕੋਈ ਵੀ ਕੰਮ ਹੋਵੇ ਉਹਦੇ ਚ ਹਰ ਤਰ੍ਹਾਂ ਦਾ ਵਰਤਵਾਯੋਗਦਨ ਪਾਉਂਦੇ ਨੇ ਇਸ ਮੇਲੇ ਦਾ ਰੀਨੂ ਦੇ ਦਾ ਵੀ ਇਹ ਗ੍ਰੈਂਡ ਸਪான்ਸਰ ਹੈਗੇ ਨੇ ਪਰ ਸਾਡੇ ਨਾਲ ਗ੍ਰੈਂਡ ਸਪான்ਸਰ ਨਹੀਂ ਸਾਡੇ ਨਾਲ ਸਾਡੇ ਭਰਾ ਖੜੇ ਨੇ ਪਹਿਲਾਂ ਬਲਜੀਤ ਪਾਜੀ ਬਲਜੀਤ ਸਿੰਘ ਬਸੰਤੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬੜਾ ਸੀ ਤੇ ਤੁਹਾਡਾ ਆਦਰਮਾਨ ਕਰਦੇ ਆ ਤੁਸੀਂ ਆਏ ਔਰ ਮੂਵੀ ਬਣਾਉਂ ਰਹੇਗੇ ਤੇ ਜੀ ਬਿਲਕੁਲ ਤੇ ਇਧਰ ਇਕੱਠੇ ਹੋਏ ਆ ਸਾਰੇ ਹਾਂ ਸਾਰੇ ਅੱਜ ਇਕੱਠੇ ਹੋਏ ਜੀ ਬਿਲਕੁਲ ਤੇ ਦਿਲਜੀਤ ਸਿੰਘ ਬਸੰਤੀ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਚੜ੍ਹਦੀ ਕਲਾ ਇਹ ਅਵਤਾਰ ਸਿੰਘ ਜੀ ਬਸੰਤੀ ਸ੍ਰੀਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਖੁਸ਼ੀ ਹੋਈ ਸਾਰੇ ਪਰਿਵਾਰ ਇਕੱਠੇ ਹੋਏ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਨੂੰ ਅੱਛਾ ਵੈਸੇ ਇੱਕ ਉਜੋਗ ਵੀ ਆਇਆ ਸੀ ਕਹਿੰਦੇ ਵੀ ਉਹ ਕੋਈ ਘਰੇ ਕਿਸੇ ਦੇ ਗਿਆ ਤੇ ਉਹ ਕੋਈ ਦੀ ਮਾਂ ਨੂੰ ਕਹਿੰਦੇ ਵੀ ਕਹਦੀ ਵੀ ਸੂਰੀ ਆਇਆ ਸੀ ਉਹ ਕਹਿੰਦੇ ਜਾਂ ਤਾਂ ਕਹਿੰਦਾ ਵੀ ਸੂਰੀ ਆਈ ਸੀ ਜਾਂ ਕਹਿੰਦਾ ਸੂਰ ਆਇਆ ਸੀ ਤੇ ਬਸੰਤੀ ਨਾਂ ਦੇ ਪਿੱਛੇ ਕੀ ਰਾਜ ਹੈ ਬਸੰਤੀ ਸਾਡਾ ਲਾਸਟ ਟਾਈਮ ਹੈ ਜੀ ਅੱਛਾ ਇਹ ਪਿੰਡ 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 ਸਾਡਾ ਲਾਸਟ ਟਾਈਮ ਸਾਥ ਹੀ ਹੈ ਬਸੰਤੀ ਹੈ ਬਸਾਤੀ ਬਸਾਤੀ ਹੋਰ ਤੇ ਹੌਲੀ-ਹੌਲੀ ਫਿਰ ਬਸੰਤੀ ਰੰਗ ਬਣ ਗਿਆ ਜੀ ਭਗਤ ਸਿੰਘ ਵਾਲਾ ਹਾਂਜੀ ਰੰਗ ਦੇ ਬਸਾਤੀ ਚੋਲਾ ਬਿਲਕੁਲ ਤੁਹਾਡਾ ਨਾਮ ਭੁੱਲ ਨਹੀਂ ਸਕਦਾ ਕਦੇ ਵੀ ਬਹੁਤ ਤੇ ਬਸੰਤੀ ਭਾਜੀ ਤੁਸੀਂ ਦੇਖੋ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਪੂਰੀ ਕਮਿਊਨਿਟੀ ਵੱਲੋਂ ਇੱਥੇ ਦੀ ਕੱਲੀ ਕਮਿਊਨਿਟੀ ਵੱਲੋਂ ਨਹੀਂ ਪੂਰੀ ਦੁਨੀਆ 'ਚ ਬੈਠੇ ਸਾਡੀ ਪੰਜਾਬੀ ਕਮਿਊਨਿਟੀ ਜਿਹੜੀ ਪ੍ਰੋਗਰਾਮ ਦੇਖ ਰਹੇ ਨੇ ਕਿ ਤੁਹਾਡੇ ਵਰਗੀ ਲੋਕਾਂ ਦੀ ਬਦੌਲਤ ਤੁਸੀਂ ਹੌਸਲਾ ਦਿੰਨੇ ਹੋ ਸਾਰਿਆਂ ਨੂੰ ਉਹਦੀ ਬਦੌਲਤ ਸਾਡੇ ਬਹੁਤ ਸਾਰੇ ਕਮਿਊਨਿਟੀ ਦੇ ਕੰਮ ਮੇਲੇ ਖੇਡ ਮੇਲੇ ਸਭਿਆਚਾਰਕ ਮੇਲੇ ਹੁੰਦੇ ਨੇ ਪਹਿਲਾਂ ਤਾਂ ਧੰਨਵਾਦ ਕਰਦਾ ਤੇ ਦੂਜਾ ਅਸੀਂ ਗੱਲ ਕਰੀਏ ਇਸ ਰੀਨੋ ਦੇ ਮੇਲੇ ਦੀ ਤੇ ਇਹਦੇ ਚ ਵੀ ਤੁਸੀਂ ਗ੍ਰੈਂਡ ਸਪான்ਸਰ ਵੀ ਹੋ ਤੇ ਬਾਕੀ ਵੀ ਸਾਰਾ ਕੰਮ ਕਰਨ ਵਾਲੀ ਟੀਮ ਦੇ ਮੈਂਬਰ ਨੂੰ ਦੇਖ ਹੀ ਰਹੇ ਹੋ ਹਾਂਜੀ ਤੇ ਇਸ ਮੇਲਾ ਇਹ ਹੁਣ 1.5 ਸਾਲ ਬਾਅਦ ਹੋ ਰਿਹਾ ਜੀ ਲਗਭਗ ਮੈਸਕਲ ਪਿਛਲਾ ਮੇਲਾ ਕਾਫੀ ਦਿਨ ਪਹਿਲਾਂ ਹੋਇਆ ਸੀਗਾ ਹਾਂਜੀ 1.5 ਸਾਲ ਹੋ ਗਿਆ ਜੀ 1.5 ਸਾਲ ਕਿਉਂਕਿ ਕੋਵਿਡ ਆ ਗਿਆ ਕੋਰਡ ਕਰਕੇ ਤਾਂ ਹੁਣ ਰਮਾਦੋ ਇਦਾਂ ਹੀ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਬਹੁਤ ਔਖਾ ਸੀ ਸਟੇ ਰਹਿਣਾ ਹੁਣ ਤਾਂ ਸਹੀ ਰਹੇਗਾ ਤੇ ਫਿਰ ਜਦੋਂ ਮੇਲੇ ਤੋਂ ਬਾਅਦ ਹੁਣ ਪਰ ਇਹ ਬੱਚਿਆਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਚਾਹ ਹੋਏਗਾ ਵੀ ਇਹ ਮੇਲਾ ਆਇਆ ਦੇਖਣਾ ਹਾਂਜੀ 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 ਸਹੀ ਗੱਲ ਸਾਡਾ ਸ਼ਹਿਰ ਪਰੀਆਂ ਦਾ ਸ਼ਹਿਰ ਆ ਜੀ ਹਰ ਟਾਈਮ ਖੁਸ਼ ਰਹਿੰਦੇ ਆ ਬੰਦੇ ਤੇ ਜਿਹੜੇ ਵੀ ਆਉਂਦੇ ਆ ਤੁਸੀਂ ਸਾਡੇ ਮੁੰਦਰੇ ਨੇ ਤੁਹਾਨੂੰ ਮੈਂ 94 ਦਾ ਜਾਣਦਾ ਤੇ ਭਗਵੰਤ ਮਾਨ ਜੀ ਦਾ ਆਪਣਾ ਇਕੱਠੇ ਹੋਏ ਸੀਗੇ ਤੇ ਆਪਾਂ ਕਿੰਨੀ ਵਾਰ ਮਿਲਦੇ-ਗਿਲਦੇ ਆਪ ਤੇ ਉਦਾਂ ਹੀ ਹੈ ਪਰਮਾਤਮਾ ਤੇ ਬਹੁਤ ਸਾਡੇ ਸ਼ਹਿਰ ਦੀ ਬਹੁਤ ਰੌਣਕ ਹੈ ਪਰੀਆਂ ਦਾ ਸ਼ਹਿਰ ਕਿੱਥੇ ਹੁੰਦੀਆਂ ਪਰੀਆਂ ਪਰੀਆਂ ਤਾਂ ਇਹ ਥੋੜੀ ਜਿਹੀ ਹੈ ਨਾ ਜਨ ਨੂੰ ਆਜਿੰਦ ਤੋਂ ਥੋੜੀ ਜਿਹੀ ਹੈਗੀ ਹੈ ਅੱਛਾ ਬਲਜੀਤ ਬਾਜੀ ਤੁਸੀਂ ਸਭ ਤੋਂ ਪਹਿਲਾਂ ਆਏ ਹੋ ਪਰਿਵਾਰ ਤੁਹਾਡਾ ਬਾਅਦ ਦੇ ਵਿੱਚ ਆਇਆ ਤੇ ਇੱਥੇ ਫਿਰ ਇਹਨਾਂ ਦੇ ਵਿੱਚ ਸੈਟਲ ਹੋਣ ਦਾ ਕੀ ਖਾਸ ਵਜ੍ਹਾ ਸੀ ਮੈਂ ਜੀ ਐਕਚੁਅਲੀ ਪਹਿਲਾਂ ਨਿਊਯਾਰਕ ਆਇਆ ਸੀ ਉੱਥੇ ਮੈਂ ਕਾਫੀ ਸਾਲ ਰਿਹਾ ਤੇ ਉਸ ਤੋਂ ਬਾਅਦ ਮੈਂ ਇੱਥੇ ਕੈਲੀਫੋਰਨੀਆ ਆਇਆ ਸੀ ਤੇ ਬਾਅਦ ਵਿੱਚ ਅਸੀਂ ਉੱਥੇ ਲਿਕਰ ਸਟੋਰ ਸੀ ਇੰਡੀਅਨ ਰੈਸਟੋਰੈਂਟ ਸੀ ਜਦੋਂ ਛੋਟੇ ਭਰਾ ਐ ਇਹਨਾਂ ਨੇ ਆਉਂਦਿਆਂ ਤਕਰੀਬਨ ਇਹਨਾਂ ਨੇ ਕੋਈ ਕੰਮ ਕਿਸੇ ਨਾਲ ਨਹੀਂ ਕੀਤਾ ਇੱਕ ਸਾਡੇ ਦੋਸਤ ਕੋਲ ਥੋੜੇ ਜਿ ਫੈਮਿਲੀ ਆਸੀ ਇੰਡੀਅਨ ਰੈਸਟੋਰੈਂਟ ਤੋਂ ਬੜਿਆ ਪਤਾ ਲੱਗਿਆ ਅਸੀਂ ਨਾਲੋਂ ਵੀ ਕਿਸ ਤਰ੍ਹਾਂ ਅਤੇ ਉਦੋਂ ਹੀ ਰੈਸਟੋਰੈਂਟ ਖੋਲ੍ਹ ਲਿਆ ਸੀ ਅਸੀਂ ਬੇਕਰਸਫੀਲਡ ਤੇ ਨਾਲ ਲੱਗਾ ਘਰ ਵੀ ਲੈ ਲਿਆ ਸੀ ਉੱਥੇ ਨਾ ਇਹ 91 ਦੇ ਕਰੀਬ ਦੀ ਗੱਲ ਹੈ ਤੇ ਬਾਕੀ ਪ੍ਰਮਾਤਮਾ ਦਾ ਸ਼ੁਕਰ ਹੈ ਜੱਥੇ ਬਾਅਦ ਫਿਰ ਮੈਂ 95 ਦੇ ਵਿੱਚ ਮੈਂ ਮੂਵ ਹੋ ਗਿਆ ਜਿੱਥੇ ਜੀ ਫਿਰ ਦੋ ਪੋਰਡ ਆਫਸਰ ਉੱਥੇ ਲੈ ਲਏ ਜੀ ਲਿਕਰਸ ਤੋਂ ਲੈ ਲਿਆ ਤੇ ਹੋਰ ਕੰਮ ਵੱਧ ਗਿਆ ਫਿਰ ਜੀ ਅਸੀਂ 18 98 ਦੇ ਵਿੱਚ April 98 ਦੇ ਵਿੱਚ ਇੱਕ ਇੱਥੇ ਮੋਆਨਾ ਤੇ ਐਨਕਿਜ ਕੀਦੇ ਪੋਰਡ ਆਫਸਰ ਇੱਕ ਹੋਰ ਲੈ ਲਿਆ ਜੀ ਅੱਛਾ ਤੇ ਉਸ ਤੋਂ ਵੱਧ ਆ ਗਿਆ ਵਾਇਰ ਦੀ ਕਿਰਪਾ ਨਾਲ ਬਾਦ ਦੇ ਵਿੱਚ ਅਸੀਂ 2000 ਦੇ ਵਿੱਚ ਹੋਟਲ ਮੋਟਲ ਲੈਣ ਲੱਗੇ ਜੀ ਹੁਣ ਸੁਖ ਨਾਲ ਸਾਡੇ ਕੋਲ 7 ਮੋਟਲ 올 ਟਗੇਦਰ ਹਨ ਜੀ ਬਹੁਤ ਮੋਟਲ ਹੋਟਲ ਤੇ ਇੰਡੀਆ ਬ੍ਰਦਰ ਜਿਵੇਂ ਦੱਸਿਆ ਮੈਂ ਆਪਣੇ ਦਿਲਜੀਤ ਭਾਜੀ ਨੇ ਇੰਡੀਆ ਬ੍ਰਦਰ ਤੁਹਾਡੇ ਇੰਡੀਆ ਹੀ ਨੇ ਤੇ ਇੰਡੀਆ ਫੇ ਜਾਣ ਹੁਣ ਬਣੇ ਰਹਿਦਾ ਉਹ ਹਾਂਜੀ ਜਾਂਦੇ ਹਾਂ ਉਹ ਵਾਰੀ ਵਾਰੀ ਜਾਂਦੇ ਆ ਜੀ ਹਰ ਜੋ ਵੀ ਐਸੇ ਹਾਂਜੀ ਹੁਣ ਕੋਵਿਡ-19 ਕਰਕੇ ਨਾ ਨਹੀਂ ਜਾ ਹੋਇਆ ਪਰ ਲੇਕਿਨ ਹੁਣ ਮਾਰਾਂਗੇ ਜੱਕਰ ਉੱਥੇ ਵੀ ਤੇ ਆ ਬਹੁਤ ਭਰਾਵਾਂ ਦਾ ਪਿਆਰ ਆ ਸਾਡਾ ਇੱਥੇ ਰੀਨ ਦੇ ਵਿੱਚ ਐਵੇਂ ਆਈ ਮੀਨ ਨੰਬਰ 1 ਸਿਟੀ ਹੈ ਜੀ ਅ ਇੱਥੇ ਜਦ ਵੀ ਇੱਕ ਕਿਸੇ ਨੂੰ ਬਾਜ ਮਾਰੋ ਇਕਦਮ ਇਕੱਠੇ ਹੋ ਜਾਂਦੇ ਜਿਵੇਂ ਆਫਿਸ ਵਿੱਚ ਬੜੀ ਸੰਜ ਹੈ ਜੀ ਬਿਲਕੁਲ ਤੇ ਬਾਕੀ ਇੱਥੋਂ ਦੇਖੋ ਜੀ ਗੈਂਬਲਿੰਗ ਦਾ ਕੰਮ ਸ਼ੁਰੂ ਹੋ ਰਿਹਾ ਨੂੰ ਤੋਂ ਹੀ ਹੋਇਆ ਸੀ ਪਹਿਲਾਂ ਅੱਛਾ ਹਾਂ ਜੀ ਜੇ ਦੇਖਿਆ ਜਾਵੇ ਲਾਸਟ ਵੈਕਸ ਤੋਂ ਬਾਅਦ ਵਿੱਚ ਵੱਡਾ ਹੋਇਆ ਨਾ ਤੇ ਸਾਰਿਆਂ ਨੂੰ ਪਹਿਲਾਂ ਗੈਂਬਲਿੰਗ ਇੱਥੇ ਸ਼ੁਰੂ ਹੋਦਾ ਹੀ ਇਹੀ ਦੀ బిਗੇਸਟ ਔਰ ਲिटल ਸਿਟੀ ਯੂ نو ਵਾਡ ਦੇ ਵਿੱਚ ਮੰਨੀ ਗਈ ਹੈ ਹਾਂ ਜੀ ਹਾਂ ਜੀ ਤੇ ਆਈ ਮੀਨ ਬਹੁਤ ਵਧੀਆ ਐਨ ਮਾਹੌਲ ਬੜਾ ਵਧੀਆ ਜੀ ਇੱਥੋਂ ਦਾ ਔਰ ਕਿਸੇ ਆ ਬੰਦੇ ਨੂੰ ਲੱਭਣਾ ਹੋਵੇ ਦਿਨ ਚ ਕੋਈ ਸ਼ਾਵਨ ਉਹਨਾਂ ਲੱਭੇ ਇੱਕਦਮ ਬੜਾ ਸੌਖਾ ਜੀ ਤੇ ਰੀਨੋ ਦੇ ਵਿੱਚ ਜੀ ਹਾਂਜੀ ਚਾਰ ਪੰਜ ਸਵੇਰੇ ਪਤਾ ਹੀ ਹੁੰਦਾ ਵੀ ਕਿੱਥੇ ਹੈ ਜੀ ਬੜਾ ਸੋਹਣਾ ਜੀ ਬਿਲਕੁਲ ਗੁੜਾ ਗੁੜਾ ਮਾਰਨ ਚਲੇ ਜਾਂਦੇ ਪਏ ਅੱ비 ਪੈਸੇ ਉਹ ਤੇ ਮੇਰੇ ਕੋਲ ਨਹੀਂ ਮੈਂ ਖਰਚਦੇ ਉੱਥੇ ਹਾਂਜੀ ਵਾਲੇ ਪੈਸੇ ਤਾਂ ਨਹੀਂ ਖਰਚਦੇ ਵਾਲੇ ਉੱਥੇ ਚੰਗੀ ਗੱਲ ਹੈ ਜੀ ਪੈਸੇ ਹੈਗੇ ਸਾਡੇ ਪ੍ਰਾਪਰਟੀ ਭਰਾ ਕਈ ਆਪਣੇ ਭਰਾ ਨਾਲ ਪੂਰੇ ਸ਼ੁਗਲ ਵੀ ਕਰਦੇ ਆ ਜੀ ਕਈ ਵਾਰ ਵਧੀਆ ਗੱਲ ਵੈਸੇ ਤਾਂ ਵੈਸੇ ਤਾਂ ਪਾਣੀ ਸ਼ਗੀ ਦਾ ਸਾਡੇ ਉਪਿੰਦਰ ਸਿੰਘ ਭਾਜੀ ਵਧੀਆ ਗੁਰਾਂ ਮੀਸ਼ਾ ਇਕੱਠੇ ਹੋਈਦਾ ਉੱਥੇ ਕਿਸੇ ਰੋਦ ਵਿੱਚ ਵਧੀਆ ਤੇ ਵਧੀਆ ਵੈਸੇ ਤਾਂ ਕਹਿੰਦੇ ਜੀ ਨਾ ਫੁੱਫੜ ਨਾ ਭੂਆ ਜੂਗਾ ਕਿਸੇ ਕੰਨਾ ਹੋਊਗਾ ਚਲੋ ਫਿਰ ਵੀ ਇੱਥੇ ਜੂਆ ਕਾਫੀ ਖੇਡਿਆ ਜਾਂਦਾ ਆਪਾਂ ਉਧਰਲੇ ਪਾਸੇ ਨਹੀਂ ਜਾਂਦੇ ਆਪਾਂ ਆਪਣੇ ਵਾਲੇ ਪਾਸੇ ਜਾਂਦੇ ਆ ਜਿਵੇਂ ਤੁਸੀਂ ਦੱਸਿਆ ਪਿੰਡ ਤੁਹਾਡਾ ਜਿਹੜਾ ਹੈਗਾ ਹਾਂਜੀ ਸਮਰਾਲੇ ਕੋਲੇ ਹਾਂਜੀ ਮੁਸ਼ਕਾਬਤ ਪਿੰਡ ਆਈ ਸਾਡਾ ਤੇ ਅਸੀਂ ਚਾਰ ਭਰਾ ਤੇ ਚਾਰੇ ਘਰ ਵਾਲੇ ਦਾ ਵਿਆਹ ਹੋਇਆ ਹੈ ਇੱਕ ਘਰ ਚ ਜੀ ਆ ਇੱਕ ਘਰ ਜੀ ਨਹੀਂ ਇਹ ਘਰ ਚ ਗਰੇ ਵਾਲਾ ਇਹ ਇਹ ਮੈਂ ਅਸੀਂ ਘਰ ਚ ਅੱਛਾ ਜੀ ਇੱਕ ਘਰ ਚ ਗਰੇ ਵਾਲਾ ਉਹ ਵੀ ਸਾਡੇ ਰਿਸ਼ਤੇਰੇ ਬੈਠੇ ਨੇ ਤੇ ਬਾਕੀ ਅਵਤਾਰ ਧੰਦਰੇ ਵੇ ਆ ਅਸੀਂ ਦੋਨੋਂ ਆਲਮਗੀਰ ਵੇ ਆਏ ਹਲਮਾਨਾ ਦੇ ਅੱਛਾ ਇਹਦਾ ਕੋਈ ਇੱਕ ਫਾਇਦਾ ਜਾਂ ਕੋਈ ਨੁਕਸਾਨ ਇੱਕ ਘਰ ਚ ਇਕੱਠੇ ਸਾਂਭੂ ਵੀ ਹੋਣ ਦਾ ਤੇ ਘਰਾ ਵੀ ਹੋਣ ਦਾ ਆਈ ਮੀਨ ਸੌਰੀ ਜਦੋਂ ਸਾਡੇ ਪਿਤਾ ਜੀ ਸੀ ਆਈ ਮੀਨ ਅਸੀਂ ਛੋਟੇ ਹੋਏ ਪਹਿਲਾਂ ਵੀਰ ਸਾਤੋਂ ਜੰਮੇ ਫਿਰ ਮੈਂ ਤੇ ਆਪਸ ਵਿੱਚ ਪਹਿਲਾਂ ਸਾਡੀਆਂ ਤਿੰਨ ਭੈਣਾਂ ਨੇ ਜੀ ਆ ਫਿਰ ਬਾਅਦ ਵਿੱਚ ਵੀਰ ਤੇ ਫਿਰ ਮੈਂ ਤੇ ਦਲਜੀਤ ਤੇ ਅਵਤਾਰ ਜੇ ਮੈਂ ਹੁਣ ਆਪਾਂ ਦੇ ਵੀ ਬੱਚਾ ਹੁੰਦਾ ਜਾਂ ਆਪਾਂ ਜੱਗ ਪਹਿਲਾ ਬੱਚਾ ਹੁੰਦਾ ਜਾਂ ਦੂਜੇ ਬੰਦੇ ਬਜ਼ੁਰਗਾਂ ਹੁੰਦੇ ਹੀ ਆ ਬਾਪਾ ਬਣੇ ਆ ਬਾਪੂ ਬਣੇ ਆ ਉਹ ਕਹਿੰਦੇ ਮੁੰਡਾ ਕਰਿਆਣ ਦਾ ਨਹੀਂ ਬਣਣਾ ਪਹਿਲਾਂ ਬਰਨਾਮ ਸੀ ਕਰਿਆਣ ਦੇ ਨਹੀਂ ਨਹੀਂ ਆਈ ਮੀਨ ਬਾ ਮੈਂ ਇਉਂ ਕਹਿੰਦਾ ਆਮ ਉਹ ਹੁੰਦਾ ਸੀ ਕਿ ਹੱਬ ਦੇ ਵਿੱਚ ਪਰ ਹੱਬ ਦੇ ਵਿੱਚ ਜੀ ਅਸੀਂ ਬਾਰੀ-ਬਾਰੀ ਕਰਿਆਣ ਦੇ ਵੀ ਹੈਗੇ ਹੈ ਜੀ ਜਿਵੇਂ ਇਸ ਚੀ ਨੂੰ ਮੈਂ ਬੰਨਦਾ ਵੀ ਸੰਯੋਗਾਂ ਦੀ ਵੀ ਗੱਲ ਹੁੰਦੀ ਹੈ ਸੰਯੋਗਾਂ ਦੀ ਗੱਲ ਵੈਸੇ ਆਪਾਂ ਗੱਲ ਕਰਦੇ ਸੀ ਵੀ ਜਿਵੇਂ ਕਟੀਆਂ ਪਹਿਣਾ ਦਰਾਣੀ ਜਟਣੀ ਬਣ ਗਈ ਸੰਧੂ ਬਣ ਗਏ ਇਹਦਾ ਫਾਇਦਾ ਹੀ ਆ ਕਿ ਨੁਕਸਾਨ ਵੀ ਆ ਹਾਂ ਜੀ ਜੀ ਫਾਇਦਾ ਇਦਾਂ ਹੈ ਵੀ ਸਾਡੇ ਪੈਸਾ ਜੀ ਉਹਨੇ ਇੱਥੇ ਚਾਰ ਪੰਜ ਚੱਕਰ ਮਾਰ ਕੇ ਗਏ ਨੇ ਆ ਐਂਡ ਵੀ ਮਾਤਾ ਜੀ ਵੀ ਤੇ ਉਹ ਬਾਅਦ ਵਿੱਚ ਉੱਥੇ ਉਸੇ ਪਿੰਡ 'ਚ ਵੀ ਆਪ ਜਾਨ ਬਚਾੜ ਸਰ ਇਸ ਕਹਿੰਦੇ ਇੰਨੀਆਂ ਕੁੜੀਆਂ ਸਾਡੀਆਂ ਚੰਗੀਆਂ ਉਹ ਭਰਾਵਾ ਬਾਈ ਮੈਂ ਗਲਤ ਸੀ ਸਾਡਾਂ ਦਾ ਕੁੱਪ ਕੱਢਦਾ ਐਡਾ ਕੰਮ ਕਰਦੀਆਂ ਸਾਡੀਆਂ ਕੁੜੀਆਂ ਹੈ ਜੀ ਇਦਰਤੀ ਹੁੰਦਾ ਇੰਨਾ ਖੁਸ਼ ਹੋ ਤੁਸੀਂ ਗੱਲੇ ਛੱਡ ਦੋ ਐ ਇੰਨੀ ਖੁਸ਼ੀ ਜੋ ਗਏ ਨੇ ਤੁਸੀਂ ਗੱਲੇ ਛੱਡ ਦੋ ਜੀ ਕੁਦਰਤੀ ਗੱਲ ਹੁੰਦਾ ਚਲੋ ਬਹੁਤ ਮੈਂ ਕਿਹਾ ਜੀ ਬਾਪੇ ਦਾ ਜੀ ਤੁਸੀਂ ਦੱਸੋ ਹੁਣ ਤੂੰ ਖੁਸ਼ ਹੋ ਇੱਥੇ ਵੀ ਆਏ ਪਾ ਪਹਿਲਾਂ ਘ ਡਰਦੇ ਹੁੰਦੇ ਸਾਨੂੰ ਬੜਾ ਬੋਟਾ ਗੁੱਸੇ ਵੀ ਹੁੰਦੇ ਸੀ ਆ ਕਰ ਲੋ ਉਹ ਕਰ ਤੁਸੀਂ ਕਰਦੇ ਨਹੀਂ ਕੋਈ ਕੰਮ ਕਹਿੰਦੇ ਪਤਾ ਕੀ ਚੰਡ ਕੇ ਰੱਖੇ ਸੀ ਬਹੁਤ ਵਧੀਆ ਜੀ ਬੜਾ ਵਧੀਆ ਮਾਹੌਲ ਹੈ ਚਲੋ ਜੀ ਬੜੀ ਚੰਗੀ ਗੱਲ ਹੈ ਤੇ ਬਸੰਤੀ ਬਾਜੀ ਇੱਕ ਵਾਰ ਸਾਰੀ ਪੂਰੀ ਦੁਨੀਆ ਦੇ ਵਿੱਚ ਆਪਣੇ ਦਿਖ ਰਹੇ ਨੇ ਆਪਾਂ ਨੂੰ ਲੋਕ ਸੁਣ ਰਹੇ ਨੇ ਪੰਜਾਬੀ ਕੀ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਜੀ ਆਪਾਂ ਨੂੰ ਇੱਕ ਤਾਂ ਤੁਹਾਡਾ ਬਹੁਤ ਵੱਡਾ ਸਨੇਹਾ ਕਮਿਊਨਿਟੀ ਦਾ ਜੁਆਇੰਟ ਫੈਮਲੀਸ ਦੀਆਂ ਅੱਜ ਕੱਲ੍ਹ ਰਿਵਾਜ तकरीबन ਬਹੁਤ ਘਟ ਗਿਆ ਹੈ ਜੁਆਇੰਟ ਕੀ ਇਕੱਲੀ ਇਕੱਲੀ ਫੈਮਲੀ ਉਹ ਵੀ ਨਹੀਂ ਇਕੱਠੀ ਹੈਗੀ ਤੇ ਇੱਕ ਤਾਂ ਇਹ ਸੁਨੇਹਾ ਤੁਹਾਡਾ ਬਹੁਤ ਵੱਡਾ ਜਾਂਦਾ ਪੂਰੀ ਦੁਨੀਆ ਦੇ ਵਿੱਚ ਹੋਰ ਕਿਸ ਨੇ ਇਹ ਲੈਣਾ ਚਾਹਣਾ ਬਸ ਸੁਨੇਹਾ ਜੀ ਬਈ ਆਪਣੇ ਰਲ ਮਿਲ ਕੇ ਰਹੋ ਤੇ ਅੱਜ ਕੱਲ੍ਹ ਉਹਨਾਂ ਦੇ ਕੋਲ ਕੋਵਿਡ-19 ਆ ਕੇ ਚਲਾ ਗਿਆ ਤੇ ਪ੍ਰਵਾਧ ਵਾਲੋਂ ਦੁਆਰਾ ਇਹ ਜੇ ਕੋਈ ਗਰੋਹ ਨਾ ਆਵੇ ਤੇ ਬਹੁਤ ਔਖਾ ਟਾਈਮ ਸਭ ਨੇ ਗੱਡਿਆ ਤੇ ਘਰ ਰਹਿਣਾ ਬਹੁਤ ਮੁਸ਼ਕਲ ਹੈ ਕਾਫੀ ਨੁਕਸਾਨ ਵੀ ਬਹੁਤ ਹੋ ਗਿਆ ਕਮਿਊਨਿਟੀ ਦਾ ਸਾਡੇ ਸ਼ਹਿਰ ਚੋਂ ਦਾ ਬਿਲਕੁਲ ਠੀਕ ਰਿਹਾ ਹੈ ਸਾਡੇ ਸ਼ਹਿਰ ਇੰਨਾ ਵਧੀ ਕਿ ਮੜਾ ਮੋਟਾ ਚਲੋ ਕਿਤੇ ਨੋਕਜੋਗ ਹੋਈ ਜਾਂਦੀ ਐ ਜਿਵੇਂ ਸਾਡੂ ਵੀ ਭੜ ਬੰਦੇ ਕਈ ਵਾਰ ਤੇ ਪਰ ਭਰਾ ਭਰਾ ਵੀ ਭੜ ਬੰਦੇ ਆ ਪਰ ਸਾਡੇ ਸਾਰੇ ਇੱਕ ਦੋ ਸਿਆਣੇ ਜਿਵੇਂ ਜੋਲ ਸਾਹਿਬ ਜਾਂ ਭਿੰਦਰ ਢਿੱਲੋਂ ਭਾਜੀ ਸਾਰੇ ਬਿਠਾ ਕੇ ਥੋੜੀ ਸੁਲਾ ਕਰਾਉਂਦੇ ਨੇ ਇੱਕ ਹਫ਼ਤਾ ਨਹੀਂ ਸਾਡੇ ਪੈਣ ਦਿੰਦੇ ਇੱਕ ਹਫ਼ਤਾ ਨਹੀਂ ਪੈਣ ਦਿੰਦੇ ਬਹੁਤ ਵਧੀਆ ਸਭ ਦਾ ਬਹੁਤ ਧੰਨਵਾਦ ਤੇ ਮੇਲੇ ਵਾਸਤੇ ਸ਼ੁਭ ਕਾਮਨਾਵਾਂ ਮੇਲੇ ਤੇ ਮਿਲਦੇ ਆ ਸਾਰੇ ਉੱਥੇ ਸਾਡੇ ਜਿਹੜੇ ਘਰ ਵਿੱਚ ਬੈਠੇ ਦਰਸ਼ਕ ਹੈ ਤੁਸੀਂ ਵੀ ਹੁਣ ਜੋ ਪ੍ਰੋਗਰਾਮ ਵਗੈਰਾ ਸ਼ੁਰੂ ਹੋ ਗਏ ਨੇ ਕੋਈ ਕਰਵਾਉਣਾ ਚਾਹੁੰਦੇ ਹੋ ਲਾਈਵ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਰਿਕਾਰਡਡ ਕਰਵਾਉਣਾ ਚਾ jazzbroadcasting.com ਜਾਂ ਫਿਰ info@jazzbroadcasting.com ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ WhatsApp ਨੰਬਰ ਸੈੱਲ ਨੰਬਰ ਮੇਰਾ 20945033 ਬਾੜਕ ਤੇ ਵੀ ਕਾਲ ਕਰ ਸਕਦੇ ਹੋ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਭਾਜੀ ਬਹੁਤ ਬਹੁਤ ਧੰਨਵਾਦ ਜਿੰਨੇ ਮਹਿਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ